ਇਹ ਸ਼ਦਾਈਆਂ ਵਾਲੇ ਕੰਮ ਛੱਡ ਦਿਓ। ਕਦੀ ਤਾਂ ਕੋਈ ਚੱਜ ਦਾ ਕੰਮ ਕਰ ਲਿਆ ਕਰੋ। ਚੱਜ ਦਾ ਹੀ ਤਾਂ ਕੰਮ ਕਰਨ ਗਏ ਸੀ ਮੰਮੀ ਜੀ, ਪੂਰੇ ਦੇਸ਼ ਚ ਸਫਾਈ ਅਭਿਆਨ ਚੱਲ ਰਿਹਾ, ਸਾਡਾ ਵੀ ਤਾਂ ਕੋਈ ਕੰਟਰੀਬਿਊਸ਼ਨ ਹੋਣਾ ਚਾਹੀਦਾ ਹੈ ਨਾ। ਇਸ ਘਰ ਵੱਲ ਵੀ ਤੁਹਾਡਾ ਕੋਈ ਕੰਟਰੀਬਿਊਸ਼ਨ ਹੋਣਾ ਚਾਹੀਦਾ ਕਿ ਨਹੀਂ? ਕੁੜੀ ਦਾ ਵਿਆਹ ਗੁਆਂਢੀਆਂ ਨੇ ਆ ਕੇ ਕਰਨਾ, ਹੁਣ ਸ਼ੋਰ ਮਚਾ ਕੇ ਗੁਆਂਢੀਆਂ ਨੂੰ ਕਿ ਜਗਾਉਣ ਲੱਗੀ ਹੈ। ਨਿੱਕੀ ਨਿੱਕੀ ਗੱਲ ਦੀ ਟੈਨਸ਼ਨ ਨਾ ਲਿਆ ਕਰ। ਜੇ ਤੁਸੀਂ ਕੋਈ ਟੈਨਸ਼ਨ ਲੈ ਲਓ ਨਾ, ਤਾਂ ਫਿਰ ਗੱਲ ਹੀ ਕੀ ਸੀ? ਕੋਈ ਜੀਏ ਜਾਂ ਮਰੇ ਤੁਹਾਨੂੰ ਕੀ ਫਰਕ ਪੈਂਦਾ ਹੈ? ਜੇ ਕੁੜੀ ਦਾ ਵਿਆਹ ਨਾ ਹੋਇਆ ਨਾ, ਫਿਰ ਤੁਸੀਂ ਵੇਖ। ਨਾਂ ਤਾਂ ਤੇਰਾ ਹੈਗਾ ਹੈ ਅੰਮ੍ਰਿਤ, ਪਰ ਗੱਲ ਕੋਈ ਅੰਮ੍ਰਿਤ ਵਰਗੀ ਨਹੀਂ ਕਰਦੀ ਤੂੰ। ਮੈਨੂੰ ਵੀ ਪਤਾ ਹੈ ਕੁੜੀ ਘਰ ਬੈਠੀ ਹੈ, ਮੈਂ ਪਿਓ ਹੈ ਤਾਂ ਮੇਰੀ ਵੀ ਰਿਸਪੋਂਸੀਬਿਲਟੀ ਹੈ ਇਹਦੇ ਵਿਆਹ ਦੀ। ਜੇ ਤੁਸੀਂ ਇੰਨੇ ਹੀ ਰਿਸਪੋਂਸੀਬਲ ਸੀ ਨਾ, ਤਾਂ ਅੱਜ ਤਾਂ ਤੁਸੀਂ ਟਾਈਮ ਤੇ ਘਰ ਆ ਜਾਂਦੇ। ਜਦੋਂ ਤੁਹਾਨੂੰ ਪਤਾ ਸੀਗਾ ਕਿ ਅੱਜ NRI ਫੈਮਿਲੀ ਨਾਲ ਸਕਾਈਪ ਦੇ ਉੱਤੇ ਸਾਡਾ ਅਪਾਇੰਟਮੈਂਟ ਹੈ, ਫਿਰ ਦੂਸਰਾ ਪ੍ਰੋਗਰਾਮ ਬਣਾਉਣ ਦੀ ਲੋੜ ਕੀ ਸੀ? ਮਿੱਟੀ ਪਲੀਤ ਤਾਂ ਮੇਰੀ ਹੋਈ ਹੈ ਨਾ, ਉਹ ਸਾਰੇ ਉੱਥੇ ਟਾਈਮ ਕੱਢ ਕੇ ਤਿਆਰ ਹੋ ਕੇ ਬੈਠੇ ਸੀ ਕੁੜੀ ਵੇਖਣ ਲਈ, ਤੇ ਸਾਹਮਣੇ ਕੌਣ ਸੀਗਾ? ਮੈਂ ਕੱਲੀ ਬੈਠੀ ਦੰਦ ਕੱਢ ਰਹੀ ਸੀ ਪਾਗਲਾਂ ਵਾਂਗੂ। ਮੇਰੀ ਗੱਲ ਧਿਆਨ ਨਾਲ ਸੁਣ ਲੈ ਰੀਤ, ਮੈਂ ਬੜੀ ਮੁਸ਼ਕਲ ਨਾਲ ਤੇਰੇ ਲਈ ਚੰਗਾ ਮੁੰਡਾ ਲੱਭਿਆ। NRI ਮੁੰਡੇ ਨਾਲ ਵਿਆਹ ਕਰਾ ਕੇ ਤੇਰੀ ਲਾਈਫ ਸੈੱਟ ਹੋ ਜੂਗੀ, ਭੁੱਲ ਜਾ ਇਹ ਸ਼ੈਰੀ ਸ਼ੁਰੀ ਨੂੰ, ਅਕਲ ਕਰ। ਨਹੀਂ ਤਾਂ ਤੇਰੇ ਪਿਓ ਨਾਲ ਵਿਆਹ ਕਰਾ ਕੇ ਜੋ ਮੇਰਾ ਹਾਲ ਹੋਇਆ ਹੈ ਨਾ, ਉਹੀ ਹਾਲ ਤੇਰਾ ਵੀ ਹੋ ਜਾਣਾ ਹੈ। ਚਲੋ ਰਾਜੀ ਜੀ। ਮੈਂ ਕਿਹਦੇ ਨਾਲ ਗੱਲ ਕਰ ਰਹੀ ਹਾਂ ਇੱਥੇ? ਜ਼ਿੰਦਗੀ ਤਾਂ ਵੀਰੇ ਤੇਰੀ ਹੈ, ਅਸੀਂ ਤਾਂ ਐਵੇਂ ਜਗ੍ਹਾ ਘਿਰੀ ਹੈ। ਬੇਬੇ ਬੇਬੇ ਪਾਣੀ ਵਾਲੀ। ਜ਼ਿੰਦਗੀ ਤਾਂ ਵੀਰੇ ਤੇਰੀ ਹੈ, ਅਸੀਂ ਤਾਂ ਐਵੇਂ ਜਗ੍ਹਾ ਘਿਰੀ ਹੈ। ਬੇਬੇ ਬੇਬੇ ਪਾਣੀ ਵਾਲੀ ਮੋਟਰ ਚਲਾਈ। ਗੁੱਡ ਮਾਰਨਿੰਗ, ਨਮਸਤੇ ਆਦਾਬ, ਤੇ ਦੋਵੇਂ ਹੱਥ ਜੋੜ ਕੇ ਪਿਆਰ ਭਰੀ। ਬੇਬੇ ਜੀ, ਤੁਸੀਂ ਸੁਣ ਰਹੇ ਹੋ ਆਪਣੇ ਫੇਵਰਿਟ ਆਰਟਿਸਟ ਸੋਨੂ ਨੂੰ, ਸੋਨੂ ਦੇ ਸ਼ੋਅ ਤੇ। ਅੱਜ ਮੈਂ ਹਾਜ਼ਰ ਹਾਂ ਤੁਹਾਨੂੰ ਤੁਹਾਡੀ ਫਰਮਾਇਸ਼ ਦੇ ਗਾਣੇ ਸੁਣਾਉਣ ਲਈ, ਤੇ ਬਿਨਾਂ ਕਿਸੇ ਝਿਜਕ ਤੋਂ ਫਟਾਫਟ ਸਾਨੂੰ ਕਾਲ ਕਰੋ। ਗੁੱਡ ਮਾਰਨਿੰਗ ਜੀ, ਕੌਣ ਬੋਲ ਰਿਹਾ ਹੈ? ਹੋਏ ਸੋਨੂ, ਓਏ ਮੈਂ ਬੋਲ ਰਿਹਾ। ਮੈਂ ਨਾ, ਮੈਂ ਕੌਣ? ਬੱਕਰੀ, ਇਹ ਮੈਂ ਦਾ ਕੋਈ ਨਾਮ ਵੀ ਹੈ ਕਿ ਨਹੀਂ? ਹਾਏ ਮੈਂ ਬੋਲ ਰਿਹਾ। ਓਏ ਹੋਏ ਸ਼ੈਰੀ ਸਿੰਘ, ਓਏ ਹੋਏ ਸ਼ੈਰੀ ਸਿੰਘ, ਬੱਲੇ ਬੱਲੇ ਸ਼ੈਰੀ ਸਿੰਘ, ਤੁਸੀਂ ਇਹ ਦੱਸੋ ਕਿ ਤੁਸੀਂ ਕਿਹੜਾ ਗਾਣਾ ਸੁਣਨਾ ਪਸੰਦ ਕਰੋਗੇ? ਪਹਿਲਾਂ ਮੈਨੂੰ ਇਹ ਦੱਸ ਕੀ ਮੈਂ ਲਾਈਵ ਹਾਂ ਜੀ, ਤੇ ਕੀ ਸਾਰੇ ਮੈਨੂੰ ਸੁਣ ਸਕਦੇ ਨੇ? ਜੀ ਬਿਲਕੁਲ, ਜਿਹੜੇ ਵੀ ਲੋਕ ਸਾਡਾ ਇਸ ਟਾਈਮ ਪ੍ਰੋਗਰਾਮ ਸੁਣ ਰਹੇ ਨੇ, ਉਹ ਤੁਹਾਨੂੰ ਜ਼ਰੂਰ ਸੁਣ ਸਕਦੇ ਨੇ ਸਾਡੇ ਸ਼ੋਅ ਵਿੱਚ, ਜੋ ਕਿ ਹੈ ਰੇਡੀਓ ਦਾ ਨੰਬਰ 1 ਸ਼ੋਅ, ਸੋਨੂ ਦਾ ਸ਼ੋਅ। ਉਹ ਤਾਂ ਹੀ ਤਾਂ ਮੈਂ ਤੁਹਾਨੂੰ ਫੋਨ ਕਰਿਆ ਜੀ, ਤੁਹਾਡੇ ਸ਼ੋਅ ਦੇ ਜ਼ਰੀਏ, ਸੋਨੂ ਦੇ ਸ਼ੋਅ ਦੇ ਜ਼ਰੀਏ ਮੈਂ ਆਪਣੀ ਬੇਬੇ ਨੂੰ ਕੁਝ ਕਹਿਣਾ ਚਾਹੁੰਦਾ। ਮੈਂ ਤੁਹਾਨੂੰ ਇਸ ਦੀ ਇਜਾਜ਼ਤ ਜ਼ਰੂਰ ਦੇ ਸਕਦੀ ਹਾਂ, ਪਰ ਇੱਕ ਸ਼ਰਤ ਤੇ, ਤੁਹਾਨੂੰ ਆਪਣੀ ਗੱਲ ਗਾ ਕੇ ਸੁਣਾਣੀ ਹੋਏਗੀ। ਉਹ ਗਾ ਕੇ ਕੀ ਜੀ, ਮੈਂ ਤਾਂ ਵਜਾ ਕੇ ਵੀ ਸੁਣਾ ਦੂੰਗਾ। ਵੈਰੀ ਗੁੱਡ ਜੀ, ਸ਼ੁਰੂ ਹੋ ਜਾ ਫਿਰ। ਓਏ ਬੇਬੇ, ਓਏ ਬੇਬੇ, ਓਏ ਬੇਬੇ, ਤੂੰ ਸਭ ਜਾਣਦੀ ਹੈ, ਮੇਰੀਆਂ ਹਰਕਤਾਂ ਨੂੰ ਪਹਿਚਾਣਦੀ ਹੈ। ਤੇਰਾ ਪੁੱਤਰ, ਤੇਰਾ ਪੁੱਤਰ ਥੋੜਾ ਫਸ ਗਿਆ ਸੀ, ਤੇ ਮਾਮਲਾ ਵੀ ਥੋੜਾ ਕੱਸ ਗਿਆ ਸੀ। ਮੈਂ ਟਾਇਲਟ, ਮੈਂ ਟਾਇਲਟ ਦੇ ਵਿੱਚ ਵੇਟ ਕਰਾਂ, ਵੇਟ ਵੀ ਫੜ ਕੇ ਪਿੰਟ ਕਰਾਂ, ਡੱਬਾ ਤਾਂ ਮੈਂ ਚੁੱਕ ਲਿਆ ਸੀ, ਪਰ ਪਾਣੀ ਸਾਰਾ ਮੁੱਕ ਗਿਆ ਸੀ। ਆਵਾਜ਼ ਕਲੀਅਰ ਸੁਣ ਰੇਡੀਓ, ਤੂੰ ਟੋਨ ਕਰ ਦੇ। ਓ ਬੇਬੇ, ਓ ਮੈਂ ਕਿਹਾ ਪਾਣੀ ਵਾਲੀ ਮੋਟਰ ਨੀ, ਤੂੰ ਓਨ ਕਰ ਦੇ। ਓਏ ਪਾਣੀ ਵਾਲੀ ਮੋਟਰ ਬੇਬੇ, ਓਨ ਕਰ ਦੇ। ਓ ਮੈਂ ਕਿਹਾ ਪਾਣੀ ਵਾਲੀ ਮੋਟਰ ਬੇਬੇ, ਓਨ ਕਰ ਦੇ। ਆ ਦੇਖ ਲਿਆ ਆਪਣੇ ਪਿਓ ਦੀ ਪਸੰਦ ਨੂੰ ਤੂੰ, ਜਮੂਰਿਆਂ ਨੂੰ ਤਾਂ ਜਮੂਰੇ ਹੀ ਪਸੰਦ ਆਉਣੇ ਹਨ। ਆਏ ਹਾਏ, ਮਰ ਜਾਣਿਓ, ਮਿੱਦੀ ਦੇਣਾ ਸੀ ਮੈਨੂੰ। ਓ ਮੈਂ ਕਿਹਾ ਭੈਣ ਜੀ ਘਰੀ ਓ। ਓ ਸਤਿ ਸ਼੍ਰੀ ਅਕਾਲ ਆਂਟੀ ਜੀ, ਲੰਘ ਗਿਓ, ਬੇਬੇ ਅੰਦਰ ਕਿਚਨ ਜੀ ਹੋਣੀ ਆ। ਆ ਤੂੰ ਵੀ ਥੱਲੀ ਆ ਜਾ ਪੁੱਤ, ਕੀ ਰੌਲਾ ਪਾਇਆ ਸਵੇਰੇ ਸਵੇਰੇ। ਹੋ ਥਿੰਕ ਯੂ ਭੈਣ ਜੀ, ਕੀ ਹਾਲ ਚਾਲ ਹੈ, ਤੁਸੀਂ ਕਦੋਂ ਆ ਗਏ? ਲੈ
बस हुनी हुनी आईया आ देखो चॉकलेटा भेजिया ने सरबजीत ने बी मैं कहा आपा तो दोवे खा नहीं सकते जाड़ा जो खराब ने बी अपना शहरी खा लूगा लिया फिर आंटी जी तुस बैठो बैठो भैन जी मैं तो सुख नाल ए दसो भी अपना सरबजीत उत्थे खुश ता है हां जी हां बहुत खुश है आ देखो कितना खुश नजर आ रहा फोटो विच जे टाइम सिर बंदा बाहर चला जाए ना तो ठीक रहंदा और नाले एक उम्र तो बाहर सेटल होना बड़ा औखा हुंदा है व्हाट यू से नाले मैं ता कहनी हां एनु भी भेज दियो बाहर ओ मैं नहीं जाना इंग्लैंड इंग्लैंड साडा पिंड वधिया साडे वास्ते क्यों बेबे एदी ता भुआ भी इंग्लैंड रहंदी है ओ पता नहीं की नौ है उदा बर्गेम मैनू ता सच्ची है उदा चदर नौ भी नहीं लेना होता बर्मिंगम बेबे बर्मिंगम ते आहो ही पर मैं ता तेरे कोल रहना जे मैं चलया गया ता तेरी सेवा कौन करूगा ले व्हाट यू से अपनी बेबे नु भी नाल ही ले जा व्हाट यू से दा लगदे आ ओ मेरी बेबे दा पंजाब छड़ के जी नहीं लगना ए जा ही नहीं सकदी जी ता पुत तेरा नहीं लगना रीत बिना बेबे दा ता एवें बहाना ही मारदा रीत अपने नाल दे पिंड वाली पर मैं सुनया है ओदी मां ता किसे एनआरआई मुंडे दी गल कर रही सी किस बारे ओ व्याह बारे और किस बारे व्हाट डू यू से रीत छेती कर छेती ए एनआरआई दी जेड़ी घड़ी हुंदी है ना ए 5 मिनट तेज ही चलदी है टाइम दे बड़े पंक्चुअल हुंदे ने ए लोग हो ता गया है मम्मी जी होर की करना है तुसी दस दियो ना मेनू सब कुछ तो हो गया काजू कतरी भी आ गई ओए समोसे समोसे रह गए ओ समोसे भी हो गए सब कुछ ठीक है बस हुन ए पता नहीं तेरे पापा नु की बीमारी है एकदम टाइम ते किते गायब ही हो जांदे ने उन्होंने भी आ जाना है पर मेनू एक गल समझ नहीं आंदी जे सारी चीजां खा नहीं सकदे ते इत्थे रखन दी की लोड़ है ਤੁਹਾਡੀ ਜਨਰੇਸ਼ਨ ਨੂੰ ਨਾ ਤਮੀਜ਼ ਸਿਖਾਉਣਾ ਬੜਾ ਹੀ ਮੁਸ਼ਕਲ ਕੰਮ ਹੈ ਜੇ ਘਰ ਕੋਈ ਆ ਰਿਹਾ ਹੈ ਤਾਂ ਉਹਦੇ ਸਾਹਮਣੇ ਕੁਝ ਤਾਂ ਰੱਖਣਾ ਪਏਗਾ ਕਰੇ ਕੌਣ ਆ ਰਿਹਾ ਮੰਮੀ ਜੀ ਕੰਪਿਊਟਰ ਤੇ ਆ ਰਹੇ ਨੇ ਨਾ ਉਹਨਾਂ ਨੇ ਕਿਹੜਾ ਤੂੰ ਚੱਕ ਕੇ ਖਾ ਲੈਣਾ ਲੋ ਜੀ ਮੈਂ ਵੀ ਹਾਜ਼ਰ ਹੋ ਗਿਆ ਮਾਤਾ ਦੇ ਦਰਬਾਰ 'ਚ ਕਿੱਥੇ ਹੈ ਤੁਹਾਡਾ ਐਨਆਰਆਈ ਸ਼ੁਕਰ ਹੈ ਪੌਣੇ ਸੱਤ ਹੋ ਗਏ ਉਹਨਾਂ ਨੇ ਸਾਨੂੰ ਪੌਣੇ ਸੱਤ ਦਾ ਟਾਈਮ ਦਿੱਤਾ ਸੀ ਔਨ ਦਾ ਡਾਟ ਚੱਲ ਰਹੀ ਚੱਲ हो गया मम्मी जी वी आर ऑनलाइन मैं कॉल करा कि ओ करनगे नहीं नहीं तू ही करना कुड़ी वाले तो असी हां केड़े जमाने दी गल्ला कर रहे हो तुसी अच्छा छट तू साइड ते चल जद मैं आवाज मारा ना तो देंटी दी स्टेप इन कर जाई तुसी ब्याह करवा रहे हो कि तमाशा करवा रहे हो पापा जी तुसी कुछ कहंदे क्यों नहीं हो मम्मा नु मेरे मुंह ते ना चेपी लगी हुई है मैं बोल सकदा हेलो जी हाउ आर यू जी हेलो जी हेलो 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 सत श्री अकाल जी रब दी मेहर है जी तुसी सुनाओ थोड़ा की हाल है इंग्लैंड च अजकल वेदर के हो जे है जी मैं सुनया ठंड बहुत चिल मार दी है ताडा नेकलेस वेरी ब्यूटीफुल ओ की है ना जी वेदर दा ते पता नहीं बट हां वी आर चिलिंग बाकी जेडे तुसी मेरे हार दी गल कर रहे हो ना लेट मी टेल यू पिछले वैलेंटाइनस डे जॉनसन दे पापा ने मेनू बड़े प्यार नाल गिफ्ट कीता सी किन्ने दा है पुत्र मम्मी जी 5000 पाउंड्स 5000 पाउंड्स किन्ने हुंदे है जी मेनू की पता किन्ने हुंदे है मैं पाउंडा दी फैक्ट्री लाई हुई है बैंक च काम करदे हो ना ਜੇ ਪਾਉਂਡ ਦਾ ਰੇਟ ਨਹੀਂ ਪਤਾ ਤਾਂ ਬੈਂਕ 'ਚ ਤੁਸੀਂ ਮੱਝਾਂ ਚੁਣ ਜਾਂਦੇ ਹੋ ਆਈ ਥਿੰਕ 5 ਲੱਖ ਰੁਪੀਸ ਓਹ ਬੜਾ ਹੀ ਮਹਿੰਗਾ ਫੇਰ ਤਾਂ ਜਿਹੜੀ ਚੀਜ਼ ਇਹਨਾਂ ਨੂੰ ਪਸੰਦ ਆ ਜਾਂਦੀ ਹੈ ਉਸ ਦਾ ਪ੍ਰਾਈਸ ਟੈਗ ਨਹੀਂ ਦਿਖਦਾ ਮੈਂ ਹੁਣ ਸਾਨੂੰ ਦੇਖੋ ਜੀ ਆ ਸਮੋਸੇ ਕਾਜੂ ਕਤਰੀ ਡਰਾਈ ਫਰੂਟ ਸਭ ਕੁਝ ਮੰਗਾ ਲਿਆ ਫੇਰ ਸਾਨੂੰ ਯਾਦ ਆਇਆ ਕਿ ਤੁਹਾਨੂੰ ਤਾਂ ਅਸੀਂ ਸਕਾਈਪ ਤੇ ਮਿਲਣਾ ਖਵਾ ਹੀ ਨਹੀਂ ਸਕਣਾ ਰੀਤ ਕਿੱਥੇ ਹੈ ਅਸੀਂ ਉਸ ਨੂੰ ਮਿਲ ਸਕਦੇ ਹਾਂ ਜੀ ਰੀਤ ਬੇਟਾ ਰੀਤ ਹੈ ਬੇਟਾ ਚੁੰਨੀ ਸਿਰ ਤੇ ਲੈ ਕੇ ਵੱਡਿਆਂ ਨੂੰ ਮੱਥਾ ਟੇਕੋ ਪੈਰੀ ਪੈਣੀ ਹੈ ਜੀ ਉਹ ਨਹੀਂ ਨਹੀਂ ਪੁੱਤਰ ਮੈਨੂੰ ਤਾਂ ਤੂੰ ਹਾਈਕ ਹੈ ਵੈਸੇ ਵੀ ਨਾ ਮੈਨੂੰ ਤਾਂ ਆਪਣਾ ਫਰੈਂਡ ਹੀ ਸਮਝ ਤੂੰ ਆਈ ਥਿੰਕ ਵੀ ਸ਼ੁੱਡ ਲੈਟ ਦੇਮ ਟਾਕ ਅਲੋਨ ਨਾਓ
ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ ਹੈਗਾ? ਨਹੀਂ ਨਹੀਂ ਜੀ, ਅਸੀਂ ਤਾਂ ਬੜੇ ਓਪਨ ਮਾਈਂਡਡ ਮਾਡਰਨ ਫੈਮਿਲੀ ਆ ਜੀ। ਚਲੋ ਪੁੱਤਰ ਗੱਲ ਕਰ ਲੋ। ਓਕੇ ਬਾਏ ਬਾਏ। Hi. Hello. Toddy t-shirt badi changi hai. Michael Jackson is my favorite. Phir te tuhanu music da vi bahut shauk hona hai. I didn't have time for such things. Music da te shauk vi nahi hai. Te sunan da te bilkul vi nahi. And te singing I can't. ਤੇ ਫੇਰ ਤੁਹਾਨੂੰ ਮਾਈਕਲ ਜੈਕਸਨ ਚ ਕੀ ਚੰਗਾ ਲੱਗਦਾ? ਮਾਈਕਲ ਜੈਕਸਨ ਚ ਚੰਗਾ ਲੱਗਦਾ ਹੈ ਮਾਈਕਲ ਜੈਕਸਨ। ਤੇ ਫੇਰ ਤੁਸੀਂ ਕੁਝ ਹੋਰ ਦੱਸਦੇ ਜੀ। ਸ਼ੈਰੀ, ਓ ਸ਼ੈਰੀ ਯਾਰ, ਮੇਰੇ ਨਾਲ ਕੀ ਨਾਰਾਜ਼ਗੀ ਹੈ? ਆਜਾ ਬਹਿ ਜਾ, ਬਹਿ ਕੇ ਆਰਾਮ ਨਾਲ ਗੱਲ ਕਰਦੇ ਆ। ਰੀਤ ਦਾ ਵਿਆਹ ਤਾਂ ਮੇਰੇ ਨਾਲ ਹੋਣਾ ਸੀ ਨਾ ਗੁਰੂ ਜੀ? ਹੋਣਾ ਸੀ ਦਾ ਕੀ ਮਤਲਬ ਤੇਰਾ? ਹੋਣਾ ਹੈ ਪੁੱਤੇ, ਤੇਰੇ ਨਾਲ ਹੀ ਹੋਣਾ। ਉਹ ਸਿਰਫ ਵੇਖਣ ਵਿਖਾਉਣ ਦਾ ਡਰਾਮਾ ਕੀ ਚੱਲ ਰਿਹਾ? ਬਹਿ ਕੇ ਗੱਲ ਕਰਦੇ ਆ। ਆਜਾ ਪੁੱਤ, ਦੇਖ ਪੁੱਤ, ਨਾ ਨਾ ਕਰੀ, ਸ਼ਾਬਾਸ਼, ਆਜਾ ਮੇਰੇ ਬੇਟਾ, ਬਹਿ ਕੇ ਨਾ, ਹੁਣ ਸਾਰੀ ਗੱਲ ਮੈਂ ਤੈਨੂੰ ਸਮਝਾ। ਕਈ ਗੱਲਾਂ ਪੁੱਤ ਬੰਦੇ ਦੇ ਹੱਥ ਵੱਸ ਨਹੀਂ ਦੀ। ਅੱਜ ਤੋਂ 30 ਸਾਲ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਸੀ ਨਾ, ਉਦੋਂ ਮੈਂ ਮੇਲਿਆਂ 'ਚ ਜਾ ਕੇ ਗਾਣਾ ਵਜਾਣਾ ਕਰਦਾ ਹੁੰਦਾ ਸੀ। ਅੱਜ ਕੱਲ੍ਹ ਤਾਂ ਜਣਾ ਖਣਾ ਹੀ ਗਾਈ ਜਾਂਦਾ ਹੈ, ਪਰ ਉਸ ਵੇਲੇ ਪਿੰਡਾਂ 'ਚ ਬਸ ਜੋਗਿੰਦਰ ਸਿੰਘ ਦਾ ਹੀ ਨਾਂ ਸੀ। ਪਰ ਫਿਰ ਵੀ ਜੇ ਮੇਰੇ ਕੋਲ ਬੈਂਕ ਦੀ ਨੌਕਰੀ ਨਾ ਹੁੰਦੀ ਤਾਂ ਮੇਰਾ ਵਿਆਹ ਨਹੀਂ ਸੀ ਹੋਣਾ। ਮੈਨੂੰ ਪਤਾ ਹੈ ਪੁੱਤਰ ਕਿ ਮੈਂ ਰੀਤ ਵਾਸਤੇ ਤੇਥੋਂ ਚੰਗਾ ਮੁੰਡਾ ਨਹੀਂ ਲੱਭ ਸਕਦਾ, ਪਰ ਜਦੋਂ ਉਹਦੀ ਮਾਂ ਪੁੱਛਦੀ ਹੈ ਨਾ ਕਿ ਆ ਮੁੰਡਾ ਕਰੂਗਾ ਕੀ, ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ। ਮੈਨੂੰ ਪਤਾ ਹੈ ਤੂੰ ਰੀਤ ਨੂੰ ਬਹੁਤ ਖੁਸ਼ ਰੱਖੇਗਾ। ਮੈਨੂੰ ਇਹ ਵੀ ਪਤਾ ਹੈ ਕਿ ਜਿਹੜਾ ਤੂੰ ਇਹ ਰੈਪ ਸ਼ੈਪ ਜਾ ਕਰਦਾ ਹੈ ਨਾ, ਅੱਜ ਨਹੀਂ ਤਾਂ ਕੱਲ ਤੇਰਾ ਕੁਛ ਨਾ ਕੁਛ ਬਣ ਜਾਏਗਾ। ਪਰ ਮੈਂ ਬਾਕੀ ਦੇ ਲੋਕਾਂ ਨੂੰ ਕੀ ਜਵਾਬ ਦਊਂਗਾ? ਇਸ ਲਈ ਪੁੱਤਰ, ਜੇ ਤੂੰ ਰੀਤ ਨਾਲ ਵਿਆਹ ਕਰਨਾ ਤਾਂ ਤੈਨੂੰ ਕੁਛ ਨਾ ਕੁਛ ਕਰਨਾ ਪਊ। ਸ਼ੈਰੀ ਪੁੱਤਰ, ਟਾਈਮ ਬਹੁਤ ਜ਼ਿਆਦਾ ਨਹੀਂ ਹੈ, ਕੁਛ ਕਰਕੇ ਸਭ ਦਾ ਮੂੰਹ ਬੰਦ ਕਰ ਦੇ। ਮੈਨੂੰ ਪੁੱਤਰ ਮਾਫ ਕਰੀ, ਮੈਂ ਤਾਂ ਆਪਣੀ ਰੀਤ ਨੂੰ ਤੈਨੂੰ ਬੇਝਿਜਕ ਦੇ ਸਕਦਾ, ਪਰ ਇਹ ਦੁਨੀਆ ਦੀਆਂ ਰੀਤਾਂ ਬਹੁਤ ਅਜੀਬ ਹੈ। ਇੱਥੇ ਲੋਕਾਂ ਨੂੰ ਗਵਈਆ ਨਹੀਂ, ਰੁਪਈਆ ਚਾਹੀਦਾ, ਰੁਪਈਆ। ਇੱਕ ਗੱਲ ਮੈਂ ਤੈਨੂੰ ਹੋਰ ਆਪਣੇ ਐਕਸਪੀਰੀਅੰਸ ਨਾਲ ਦੱਸਦਾ, ਜੇ ਜ਼ਿੰਦਗੀ 'ਚ ਜੀਵਨ ਸਾਥੀ ਠੀਕ ਨਾ ਮਿਲੇ ਤਾਂ ਗਾਣੇ ਦੀ ਵੀ ਬੋਲਤੀ ਬੰਦ ਹੋ ਸਕਦੀ ਹੈ। ਹਰੇਕ ਵੱਡੇ ਬੰਦੇ ਦੀ ਕਾਮਯਾਬੀ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ, ਪਰ ਜੇ ਔਰਤ ਗਲਤ ਪਿੱਛੇ ਪੈ ਜਾਏ ਨਾ ਤਾਂ ਕਾਮਯਾਬ ਬੰਦੇ ਦੀ ਗੱਡੀ ਨੂੰ ਵੀ ਪੈ ਜਾਂਦਾ।
पर कुछ करने वास्ते गुरु जी टाइम तो चाहिए ना। ओ पुत्र जे एनआरआई फैमिली आले रिश्ता लेके तेथों पहला आ गए है तो इहदे च मेरा की कसूर है? मैं तो नहीं उन्हां नूं सद्या ना, आपे आ गए। पर कुछ करने वास्ते गुरु जी टाइम तो चाहिए ना। ओ पुत्र जे एनआरआई फैमिली आले रिश्ता लेके तेथों पहला आ गए है तो इहदे च मेरा की कसूर है? मैं तो नहीं उन्हां नूं सद्या ना, आपे आ गए। किधर पुछके है? ओ मेरे मुंडे दा यार है सोनू, ओ दा मासड़ इत्थे काम करदा, दो मिंट दा काम है, रंग लैण दे यार। ओ भरावा, तीन बजे तो बाद कदे मासड़ मासी नूं नहीं मिलिया, तैनू कित्थों मिल जू, कल टाइम नाल आई चल। ओ भाई आया तां अज वी मैं टाइम नाल ही, मिंट पिछे चलदी आ, लंघ लैण दे यार। मेरी गल सुन, ओ गंदा नाला दींदा तैनू? आहो दींदा है ना। हां आठ नहीं तां तैनू लै के डुब जू किसे दिन, चल हुण लंघ लैण दे यार। ओ तेरे पल्ले नहीं पैंदी गल। हेलो सेथिया हेयर, हां जी पुमन साहब। हां जी फोन। हेलो हुण बस करो बस। की हो गया अमृत? तुसी आ गए हो ना, तुसी भी देखो तमाशा। हो की गया है? असी जी रीत दा हाथ मंगण आए। मैं तां कहा सी शहरी नूं भी आराम नाल बैठ के गलबात करांगे, पर ए सवेर तो जिद करके बैठा है के कल नूं तुहाडा शहरी जिद करूगा कि उहनूं चन्न चाहीदा है, ते तुसी ओह वी लैण तुर पाओगे? है जी अमृत, होर शहर दिओ तुसी इहनूं। मेरी निक्की जी कुड़ी है, मेरी निक्की जी कुड़ी है, हुण समझ आ गई है तुहानूं? तुहाडी निक्की जी कुड़ी हुण वड्डी हो गई है। मम्मी प्लीज। चुप कर तू, बहुता लाड कर करके वगाड़ता तेरे प्यो ने तेनू। मेरी गल तो सुन लो आंटी जी, एक बारी क्यों प्राइम मिनिस्टर लग गया तू पंजाब दा, जो तेरी गल ध्यान नाल बैठ के सुनी जावे। मेरी कुड़ी दा पिछा छड्ड दे, रहम खा साडे उत्ते। मैं ब्याह करना चाहना जी इहदे नाल। बस ओए भी प्यार कर दिया मैनू, निकल इत्थों बाहर। पर मेरे च कमी की आंटी जी? सच्ची गल ना, हरेक नू कौड़ी लगदी है, इसलिए मेरा मुंह ना ही खुलाए तो चंगा है। बस जाए तू शहरी पुत्र, चल तू। नहीं बेबे सुन लैण दे मैनू। अच्छा तो फिर सुन लै शहरी, मेरी कुड़ी लई एक तो एक रिश्ते आ रहे हैं, एनआरआई मुंडिया दे रिश्ते, फ्लैट च रहिंदे ने, पौंड कमाउंदे ने, वड्डिया वड्डिया गड्डिया च सहरा करदे ने, वड्डे वड्डे घरां च ऐश नाल रहिंदे ने, ते तू वाह अपने आप नूं आर्टिस्ट कहना है, हाथ च माइक फड़ के शोरी तपाई जाना है, ते ओदा मिलदा की है तेनू? मेरी कुड़ी तेरे नाल इंडिया च धक्के नहीं खाऊगी, ओ एनआरआई नाल व्याह करा के वलैत च रहूगी। ओ की एनआरआई इन्हें लाई तुसी? रीत तू अपना फैसला क्यों नहीं सुना दिंदी इन्हां नूं एक बारी? मेरा फैसला तेनू पता है ना शेरी, ते एक बार इन्हां नूं भी दस दे यार। समझदा के नहीं शेरी? ओ की नहीं समझदा यार, मैं भी लाऊंगा पैसे कमा के, तू एक बारी हां तां कर। ਕਿਤੇ ਗੱਲ ਇਹ ਤਾਂ ਨਹੀਂ ਹੈ ਤੇਰੇ ਦਿਲ ਵਿੱਚ ਵੀ ਉਹ ਐਨਆਰਆਈ ਮੁੰਡਾ ਵਸ ਗਿਆ? ਹਾਂ ਮੇਰੇ ਦਿਲ ਵਿੱਚ ਵੀ ਐਨਆਰਆਈ ਮੁੰਡਾ ਵਸ ਗਿਆ, ਤੈਨੂੰ ਜੋ ਵੀ ਲੱਗ ਰਿਹਾ ਨਾ ਸ਼ੈਰੀ ਸਭ ਸਹੀ ਲੱਗ ਰਿਹਾ। ਕਿਉਂ ਝੂਠ ਬੋਲ ਰਹੀ ਹੈ? ਇੱਕ ਵਾਰੀ ਇਹਨਾਂ ਨੂੰ ਆਪਣਾ ਫੈਸਲਾ ਸੁਣਾ ਦੇ, ਉਹ ਐਨਆਰਆਈ ਬੰਨਾ ਵੱਡੀ ਗੱਲ ਨਹੀਂ ਹੈ ਫਿਰ। ਉਹ ਰਹਿਣ ਦੇ ਜੇ ਵੱਡੀਆਂ ਗੱਲਾਂ ਕਰਕੇ ਬੰਦਾ ਵੱਡਾ ਬਣ ਸਕਦਾ ਨਾ, ਤੇ ਫਿਰ ਗੱਲ ਹੀ ਕੀ ਸੀ? ਬਹੁਤ ਵੇਖੇ ਤੇਰੇ ਵਰਗੇ ਕਵਈਏ, ਐਨਆਰਆਈ ਬਣੂਗਾ ਪਹਿਲਾਂ ਚੱਜ ਨਾਲ ਬੰਦਾ ਤਾਂ ਬਣ ਜਾ। ਰੀਤ ਬਸ ਹੁਣ ਬਹੁਤ ਤਮਾਸ਼ਾ ਹੋ ਗਿਆ, ਚੱਲ ਅੰਦਰ। ਰੀਤ
ਹੋਰ ਵੀ ਇੰਨਾ ਰਹੀ ਕੀ ਹਾਲ ਹੈ ਤੇਰਾ ਇੱਥੇ ਲੜਨ ਵਾਸਤੇ ਆਇਆ ਨਾ ਮੈਂ ਤਾਂ ਹਾਲ ਪੁੱਛ ਰਿਹਾ ਤੇਰਾ ਸੜਿਆ ਜੇ ਮੂੰਹ ਬਣਾ ਕੇ ਪੁੱਛੀ ਦਾ ਹਾਲ ਚੱਲ ਇੱਕ ਰੋਮਾਂਟਿਕ ਜੇ ਗਾਣੇ ਹੋ ਜੇ ਕੰਪਲੀਮੈਂਟ ਸੁਣਨ ਲਈ ਕਿਉਂ ਹਰ ਵੇਲੇ ਆਪਣੀ ਤਾਰੀਫ ਸੁਣਨਾ ਚਾਹੁੰਦੀ ਹੈ ਤੂੰ ਹੈ ਇਹਦੇ ਚ ਹਰਜ਼ੀ ਕੀ ਹੈ ਤੇਰੇ ਮੂੰਹ ਤੋਂ ਚੰਗੀ ਲੱਗਦੀ ਹੈ ਕਿਉਂ ਮੈਂ ਤਾਰੀਫ ਦੇ ਕਾਬਿਲ ਨਹੀਂ ਹਾਂ ਤੁਹਾਡਾ ਤੇ ਕੋਈ ਜਵਾਬ ਹੀ ਨਹੀਂ ਹੈ ਜੀ ਤੁਸੀਂ ਤੇ ਲਾਜਵਾਬ ਹੋ ਸਿੱਧੀ ਸਿੱਧੀ ਗੱਲ ਕਿਉਂ ਨਹੀਂ ਕਰਦਾ ਇੰਜ ਕੁੜੀ ਕਿਉਂ ਜਾਣਾ ਉਹ ਕੁੜਾ ਨਾ ਤੇ ਹੋਰ ਕੀ ਕਰਾਂ ਸਿੱਧਾ ਸਿੱਧਾ ਕਹਿ ਨਹੀਂ ਸਕਦੀ ਸੀ ਪਿਆਰ ਕਰਦੀ ਹੈ ਮੈਨੂੰ ਤੈਨੂੰ ਇਸ ਚੀਜ਼ ਦਾ ਹੁਣ ਪ੍ਰੂਫ ਚਾਹੀਦਾ ਹੈ ਉੱਥੇ ਸਾਰਿਆਂ ਦੇ ਸਾਹਮਣੇ ਆ ਕੇ ਤਮਾਸ਼ਾ ਕਰਨਾ ਬਹੁਤ ਜ਼ਰੂਰੀ ਸੀ ਨਾ ਉਹ ਤਮਾਸ਼ਾ ਤਾਂ ਮੇਰਾ ਬਣਿਆ ਰੀਤ ਜੇ ਕਿਸੇ ਹੋਰ ਨਾਲ ਹੀ ਵਿਆਹ ਕਰਨਾ ਸੀ ਤਾਂ ਮੇਰੇ ਦਿਲ ਨਾਲ ਖੇਡਣ ਦੀ ਕੀ ਲੋੜ ਸੀ ਮੈਨੂੰ ਤਾਂ ਸ਼ੌਂਕ ਚੜਿਆ ਸੀ ਵਿਆਹ ਤੋਂ ਪਹਿਲਾਂ ਇੱਕ ਫੇਰ ਤਾਂ ਹੋਣਾ ਹੀ ਚਾਹੀਦਾ ਹੈ ਨਾ ਮਜ਼ਾਕ ਕਰਨ ਲਈ ਕੋਈ ਹੋਰ ਨਹੀਂ ਲੱਭਿਆ ਸੀ ਨਾ ਰੀਤ ਤੈਨੂੰ ਮਜ਼ਾਕ ਤੇ ਤੂੰ ਕਰ ਰਿਹਾ ਸ਼ਰੀ ਉਹ ਇਹਨਾਂ ਰਾਈ ਮੁੰਡਾ ਮੈਂ ਥੋੜੀ ਨਾ ਲੱਭਿਆ ਆਪਣੇ ਵਿਆਹ ਵਾਸਤੇ ਉਹ ਲੱਭਿਆ ਕਿਸੇ ਨੇ ਵੀ ਹੋਵੇ ਰੀਤ ਵਿਆਹ ਤਾਂ ਤੇਰਾ ਹੋ ਰਿਹਾ ਨਾ ਉਸ ਮੁੰਡੇ ਨਾਲ ਮੇਰਾ ਵਿਆਹ ਨਹੀਂ ਹੋ ਰਿਹਾ ਪਾਉਂਡ ਦੇ ਨਾਲ ਹੋ ਰਿਹਾ ਇਹ ਜਿਹੜੀ ਲੰਬੀ ਜਿਹੀ ਗੱਡੀ ਹੈ ਇਹਦੇ ਨਾਲ ਹੋ ਰਿਹਾ ਇਸ ਕੋਠੀ ਦੇ ਨਾਲ ਹੋ ਰਿਹਾ ਇਹ ਤੈਨੂੰ ਮੁੰਡੇ ਦੀ ਫੋਟੋ ਦਿੱਤੀ ਹੈ ਮੇਰੀ ਮਾਂ ਦਾ ਤਰੀਕਾ ਪੱਲੇ ਹੀ ਗਲਤ ਹੋਵੇ ਪਰ ਮਾਂ ਪਿਓ ਤਾਂ ਸੋਚਦੇ ਆ ਨਾ ਬੱਚਿਆਂ ਦੀ ਸਿਕਿਉਰਿਟੀ ਬਾਰੇ ਤੈਨੂੰ ਪੈਸਾ ਚਾਹੀਦਾ ਨਾ ਰੀਤ ਮੈਂ ਲੈ ਕੇ ਦਊਂਗਾ ਤੈਨੂੰ ਪੈਸਾ ਇੰਨਾ ਪੈਸਾ ਕਿ ਖਰਚ ਦੀ ਥੱਕ ਜਾਏਂਗੀ ਪੈਸਾ ਖਤਮ ਨਹੀਂ ਹੋਊਗਾ ਤੂੰ ਫੇਰ ਗੱਲ ਦਾ ਪੁੱਠਾ ਸਿਰਾ ਫੜ ਲਿਆ ਮੈਨੂੰ ਇਸ ਨਹੀਂ ਚਾਹੀਦਾ ਸ਼ੈਰੀ ਪਰ ਮਾਂ ਨੂੰ ਸਮਝਾ ਦੇ ਮਾਂ ਨੂੰ ਇਹਨਾਂ ਦਾ ਚਾਹੀਦਾ ਨਾ ਮੈਂ ਬਣ ਜੂਗਾ ਇਹਨਾਂ ਰਹੀ ਮੈਂ ਬਸ ਇਹਨਾਂ ਚਾਹੁੰਦੀ ਹਾਂ ਤੂੰ ਆਪਣੇ ਪੈਰਾਂ ਤੇ ਖੜਾ ਹੋ ਜਾ ਪਿੰਡ ਛੱਡ ਕੇ ਜਾਣ ਦੀ ਕੋਈ ਲੋੜ ਨਹੀਂ ਹੈ ਸ਼ੈਰੀ ਉਹ ਤੂੰ ਰਹਿਣ ਦੇ ਯਾਰ ਪਿੰਡ ਦੇ ਹਜ਼ਾਰ ਮੁੰਡੇ ਆਪਣੇ ਪੈਰਾਂ ਤੇ ਖੜੇ ਨੇ ਪਰ ਤੇਰੀ ਮਾਂ ਨੂੰ ਪੰਜਾਬ ਦੇ ਨਕਸ਼ੇ ਤੇ ਕੋਈ ਮੁੰਡਾ ਪਸੰਦ ਨਹੀਂ ਆਉਂਦਾ ਉਹਨਾਂ ਲਈ ਸਕਸੈਸਫੁਲ ਹੋਣ ਦਾ ਮਤਲਬ ਹੈ ਐਨ ਆਰ ਆਈ ਹੋਣਾ ਪਿੰਡ ਤਾਂ ਮੈਨੂੰ ਛੱਡ ਕੇ ਜਾਣਾ ਹੀ ਪੈਣਾ ਰੀਤ ਜਿੰਨਾ ਪਿਆਰ ਮੈਂ ਤੈਨੂੰ ਕਰਦੀ ਆ ਨਾ ਸ਼ੈਰੀ ਕਦੇ ਵੀ ਕਿਸੇ ਹੋਰ ਨੂੰ ਨਹੀਂ ਕਰ ਸਕਦੀ ਰੀਤ ਕਦੇ ਵੀ ਕਿਸੇ ਹੋਰ ਦੀ ਨਹੀਂ ਹੋ ਸਕਦੀ ਉੱਥੇ ਸਾਰਿਆਂ ਦੇ ਸਾਹਮਣੇ ਮੈਨੂੰ ਸਮਝ ਨਹੀਂ ਆਇਆ ਕੀ ਕਹਾਂ ਤੇ ਕੀ ਨਾ ਕਹਾਂ ਤੂੰ ਇੰਨਾ ਜਿਹਾ ਕਸੂਰ ਆਪਣੀ ਰੀਤ ਦਾ ਮਾਫ ਨਹੀਂ ਕਰ ਸਕਦਾ ਤੇਰਾ ਕਸੂਰ ਥੋੜੀ ਹੈ ਰੀਤ ਚੱਲ ਰੀਤ ਤੇਰੇ ਮੁੰਡੇ ਦੇ ਪਿਓ ਬਣਨ 'ਚ ਤਾਂ ਟਾਈਮ ਲੱਗਣਾ ਉਹ ਐਨ ਆਰ ਆਈ ਬਣਨ 'ਚ ਕਿਹੜਾ ਟਾਈਮ ਲੱਗਣਾ 8 ਘੰਟੇ ਦੀ ਤਾਂ ਫਲਾਈਟ ਹੈ ਮੈਨੂੰ ਪਤਾ ਸੀ ਮੇਰਾ ਸ਼ੈਰੀ ਮੇਰੇ ਲਈ ਕੁਛ ਵੀ ਕਰ ਸਕਦਾ ਦਿਲ ਤਾਂ ਨਹੀਂ ਚਾਹੁੰਦਾ ਕਿ ਤੂੰ ਪਿੰਡ ਛੱਡ ਕੇ ਜਾਏ ਪਰ ਤੂੰ ਇੱਕ ਵਾਰੀ ਐਨ ਆਰ ਆਈ ਬਣ ਗਿਆ ਨਾ ਇੱਥੇ ਸਾਰਿਆਂ ਦਾ ਮੂੰਹ ਬੰਦ ਹੋ ਚੁੱਕਾ ਤੇ ਮੈਂ ਕਿਹੜਾ ਵਸਣਾ ਉੱਥੇ ਜਾ ਕੇ ਐਨ ਆਰ ਆਈ ਦਾ ਟੈਗ ਲਵਾ ਕੇ ਵਾਪਸ ਆ ਜਾਊਂਗਾ ਤੂੰ ਵਿਆਹ ਦੀ ਤਿਆਰੀ ਕਰ ਮੈਂ ਵੀਜ਼ੇ ਦੀ ਤਿਆਰੀ ਕਰਦਾ ਮੈਨੂੰ ਗੁੱਸਾ ਆ ਗਿਆ ਸੀ ਥੋੜਾ ਜਿਹਾ ਆਮ ਸੌਰੀ ਐਵੇਂ ਥੋੜੀ ਮਿਲਦੀ ਹੈ ਮਾਫੀ ਕਿਵੇਂ ਮਿਲਦੀ ਹੈ ਨਾ ਬਾਬੂ ਹੋਰ ਕਿੰਨਾ ਟਾਈਮ ਲੱਗਣਾ ਜੀ ਸਰ ਹਜੇ ਇੰਟਰਨੈਸ਼ਨਲ ਕਾਲ ਤੇ ਨੇ ਜਦੋਂ ਫ੍ਰੀ ਹੋ ਗਏ ਨਾ ਦੱਸ ਦੇਣੀ ਤੁਹਾਨੂੰ ਮੈਂ ਇੱਕ ਲਾਵੇ ਜਾ ਕੇ ਬਰਮੂਡੇ ਤੇ ਇੱਕ ਆਸਟ੍ਰੀਆ ਤੇ ਇੱਕ ਨਿਊਜ਼ੀਲੈਂਡ ਤੇ ਬਰਮੂਡਾ ਕਿਹੜਾ ਮੁਲਕ ਹੈ ਜੀ ਜਾਹਿਲ ਅਨਪੜ੍ਹ ਬੇਵਕੂਫ ਅਨਐਜੂਕੇਟਿਡ ਮੈਨ ਲੈ ਨਿਊਜ਼ੀਲੈਂਡ ਤਾਂ ਆਸਟ੍ਰੇਲੀਆ ਬਾਰੇ ਮੈਨੂੰ ਵੀ ਪਤਾ ਹੈ ਜੀ ਓਏ ਆਸਟ੍ਰੇਲੀਆ ਨਹੀਂ ਆਸਟ੍ਰੀਆ 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 ਇਹ ਚ ਮੇਰਾ ਕੀ ਕਸੂਰ ਜੇ ਕ੍ਰਿਕਟ ਵਾਲੀ ਅੰਗਰੇਜ਼ੀ ਗਲਤ ਬੋਲੀ ਜਾਂਦੇ ਆ ਉਹ ਤਾਂ ਆਸਟ੍ਰੇਲੀਆ ਹੀ ਕਹਿੰਦੇ ਨੇ ਮਾਮਾ ਮੇਰਿਆ ਕੋਈ ਡਿਫਰੈਂਟ ਨਾਮ ਦੀ ਚੀਜ਼ ਹੁੰਦੀ ਹੈ ਕਿ ਨਹੀਂ ਹੁੰਦੀ ਆ ਕ੍ਰਿਕਟ ਦੀ ਦੁਨੀਆ ਤੋਂ ਬਾਹਰ ਨਿਕਲੋ ਪਿੱਚ ਤੋਂ ਬਾਹਰ ਨਿਕਲੋ ਦੁਨੀਆ ਹੋਰ ਵੀ ਕਿਤੇ ਬਸਦੀ ਹੈ ਜਿਹੜਾ ਇੱਕ ਆਸਟ੍ਰੇਲੀਆ ਨਾ ਆਸਟ੍ਰੀਆ ਆਸਟ੍ਰੀਆ ਉਹ ਇੱਕ ਪਿੰਡ ਹੈ ਇੱਕ ਇੱਕ ਬ੍ਰਾਂਚ ਆ ਉਹ ਨਹੀਂ ਬ੍ਰਾਂਚ ਨਹੀਂ ਇੱਕ ਸ਼ਹਿਰ ਹੈ ਸ਼ਹਿਰ ਨਹੀਂ ਉਹੀ ਆਸਟ੍ਰੇਲੀਆ ਜਿੱਥੇ ਕੰਗਾਰੂ ਹੁੰਦੇ ਆ ਹਾਂ ਹਾਂ ਉੱਥੇ ਬੱਕਰੀਆਂ ਵੀ ਹੁੰਦੀਆਂ ਨੇ ਕਹਿ ਦਾਂਗੇ ਪੁੱਠੇ ਪਾ ਬੱਕਰੀਆਂ ਨੂੰ
ਭਾਵੇਂ ਕੁਝ ਪਾ ਕੇ ਰੱਖਦਾ ਮੈਨੂੰ ਨਹੀਂ ਜੀ ਨਹੀਂ 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 ਥੋੜਾ ਪਾਸੇ ਰਿਹਾ ਕਰ ਫੋਟੋ ਤੋਂ ਦੇਖੋ ਮਾਈਕਲ ਸਾਹਿਬ ਤੁਸੀਂ ਸਿੱਧਾ ਸਿੱਧਾ ਕਹੋ ਨਾ ਤੁਹਾਨੂੰ ਪੈਸੇ ਚਾਹੀਦੇ ਆ ਨਾ ਰੂਲ ਬੜੇ ਸਖਤ ਹੋ ਗਏ ਨੇ ਰੂਲ ਆਪਣੀ ਜਗ੍ਹਾ ਤੇ ਰਿਸ਼ਤੇ ਆਪਣੀ ਜਗ੍ਹਾ ਦੇਖੋ ਜੀ ਸਾਊਥ ਅਫਰੀਕਾ ਤੋਂ ਮੈਨੂੰ ਫੋਨ ਆ ਰਿਹਾ ਮੈਂ ਡਿਸਟਰਬ ਹੋ ਜਾਊਂਗਾ ਪਲੀਜ਼ ਇਹ ਜਿਹੜੇ ਸਟੂਡੈਂਟ ਹੈ ਨਾ ਜਿਹੜੇ ਬੱਚੇ ਨੇ ਇਹ ਮੇਰੇ ਵਾਸਤੇ ਜਿਵੇਂ ਬੱਕਰੀ ਦੇ ਮੇਮਣੇ ਹੁੰਦੇ ਆ ਨਾ ਐਦਾਂ ਮੈਂ ਬਹੁਤ ਪਿਆਰ ਕਰਦਾ ਇਹਨਾਂ ਨੂੰ ਮੈਂ ਪਹਿਲਾਂ ਅਮਰੀਕਾ ਗੱਲ ਕਰ ਲਾਂ ਜੀ ਫਿਰ ਅਫਰੀਕਾ ਉਹ ਤੋਂ ਬਾਅਦ ਗੱਲ ਕਰਨਾ ਤੁਹਾਡੇ ਨਾਲ ਅਰੇ ਗੱਲ ਤਾਂ ਸੁਣੋ ਮੇਰੀ ਗਾਲ ਨਹੀਂ ਕੱਢਣੀ ਪਲੀਜ਼ ਦੱਸੋ ਕੀ ਸੇਵਾ ਕਰੀਏ ਸੇਵਾ ਤਾਂ ਬਹੁਤ ਵੱਡਾ ਲਫ਼ਜ਼ ਹੋ ਗਿਆ ਵੀਰ ਜੀ ਗੱਲ ਇਹ ਹੈ ਮੈਂ ਇੰਗਲੈਂਡ ਜਾਣਾ ਤੇ ਵੀਜ਼ੇ ਬਾਰੇ ਗੱਲ ਕਰਨੀ ਸੀ ਫੋਰਨ ਕੰਟਰੀ ਜਾਣਾ ਬਹੁਤ ਔਖਾ ਹੈ ਭਰਾਵਾ ਬਹੁਤ ਔਖਾ ਹੈ ਬਹੁਤ ਲੰਬੀ ਲਾਈਨ ਲੱਗੀ ਹੋਈ ਹੈ ਜੇ ਲਾਈਨ ਲੰਬੀ ਹੈ ਜੀ ਤੁਸੀਂ ਕੋਈ ਸ਼ਾਰਟਕਟ ਕੱਢੋ ਮੇਰੇ ਫਿਊਚਰ ਦਾ ਜਿੰਮਾ ਤੁਹਾਡੇ ਹੱਥੀ ਹੈ ਜੀ ਜਿੰਮਾ ਤਾਂ ਜੀ ਮੈਂ ਪੂਰੇ ਪੰਜਾਬ ਦਾ ਲੈ ਲਾਂ ਪਰ ਹੁਣ ਕੀ ਕਰੀਏ ਰੂਲ ਬੜੇ ਸਖਤ ਹੋ ਗਏ ਨੇ ਅੱਗੇ ਜਵਾਬ ਦੇਣਾ ਪੈਂਦਾ ਸਾਨੂੰ ਵੀ ਚਲੋ ਖੈਰ ਕਰਦੇ ਆ ਕੁਛ ਤੁਹਾਡੀ ਕੈਲਕੂਲੇਸ਼ਨ ਕੀ ਹੈ ਕੈਲਕੂਲੇਸ਼ਨ ਉਹ ਆਪਾਂ ਕਹਿੰਦੇ ਹੁੰਦੇ ਨੇ ਨਾ ਉਹ ਕੀ ਕਹਿੰਦੇ ਹੁੰਦੇ ਨੇ ਅੱਠਵੀਂ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਕੁਆਲੀਫਿਕੇਸ਼ਨ ਹਾਂ ਉਹ ਕੀ ਹੈ ਕੁਆਲੀਫਿਕੇਸ਼ਨ ਤਾਂ ਜੀ ਗ੍ਰੈਜੂਏਸ਼ਨ ਹੀ ਹੈ ਬਹੁਤ ਘੱਟ ਹੈ ਹੋਰ ਅੱਗੇ ਕੀ ਕੀਤਾ ਹੈ ਡਿਵੀਜ਼ਨ ਵੀ ਸੈਕੰਡ ਹੀ ਹੈ ਜੀ ਬਹੁਤ ਔਖਾ ਕੰਮ ਹੈ ਕੀ ਕਰੀਏ ਕਿਵੇਂ ਕਰੀਏ ਇੱਕ ਕੰਮ ਕਰਦੇ ਆ ਤੁਹਾਨੂੰ ਮੈਂ ਨਾ ਸਟੱਡੀ ਵੀਜ਼ੇ ਦੇ ਨਾਲ ਬਾਹਰ ਭੇਜ ਦਿੰਦਾ ਉੱਥੇ ਪੜ੍ਹਾਈ ਵੀ ਕਰ ਲਿਓ ਨੌਕਰੀ ਵੀ ਕਰ ਲਿਓ ਪਰ ਜੇ ਪੜ੍ਹਾਈ ਕਰੂੰਗਾ ਜੀ ਨੌਕਰੀ ਲਈ ਟਾਈਮ ਕਿੱਥੋਂ ਕੱਢੂੰਗਾ ਅਸੀਂ ਤੁਹਾਨੂੰ ਇੱਥੋਂ ਕੱਢ ਰਹੇ ਹਾਂ ਨਾ ਇੰਡੀਆ ਤੋਂ ਕੱਢ ਰਹੇ ਹਾਂ ਮੈਂ ਤੁਹਾਨੂੰ ਦੱਸਦਾ ਇੰਗਲੈਂਡ ਦੇ ਵਿੱਚ ਨਾ ਇੱਕ ਬਹੁਤ ਵੱਡਾ ਕਾਲਜ ਹੈ ਉਹਦਾ ਨਾਮ ਹੈਗਾ ਬਿੰਗਮ ਮੈਂ ਸਮਝ ਰਿਹਾ ਮੈਂ ਕੀ ਕਹਿਣਾ ਚਾਹੁੰਦਾ ਬਰਿੰਗਡਾਊਨ ਵਰਲਡ ਕਾਲਜ ਉੱਥੇ ਹਫ਼ਤੇ 'ਚ ਨਾ ਸਿਰਫ 2 ਦਿਨ ਕਲਾਸ ਲੱਗਦੀ ਹੈ ਬਾਕੀ ਦਿਨ ਫ੍ਰੀ ਘੁੰਮੋ ਫਿਰੋ ਪਾਰਟ ਟਾਈਮ ਨੌਕਰੀ ਕਰੋ ਫਿਰ ਜਿਹੜੇ 4 ਪੈਸੇ ਬਚੇ ਉਹ ਤੁਸੀਂ ਇੰਡੀਆ ਮਨੀ ਟ੍ਰਾਂਸਫਰ ਕਰ ਸਕਦੇ ਹੋ ਉੱਥੇ ਹੋਰ ਵੀ ਐਕਸਟਰਾ ਐਕਟੀਵਿਟੀਜ਼ ਨੇ ਘੁੰਮੋ ਫਿਰੋ ਮੇਮਾ ਸ਼ੇਮਾ ਦੇਖੋ ਓ ਨਹੀਂ ਨਹੀਂ ਜੀ ਮੈਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਚੰਗਾ ਹੋਊਗਾ ਨਹੀਂ ਪਾਉਂਗੇ ਤਾਂ ਤੁਸੀਂ 15 ਲੱਖ ਦਾ ਇੰਤਜ਼ਾਮ ਕਰੋ ਮੈਂ ਤੁਹਾਨੂੰ ਇੰਗਲੈਂਡ ਭੇਜ ਦੂੰਗਾ 15 ਲੱਖ ਤੁਸੀਂ ਇੰਗਲੈਂਡ ਜਾਣਾ ਪੁੱਛੋ ਮੰਡੀ ਥੋੜੀ ਜਾਣਾ ਪਰ 15 ਲੱਖ ਤਾਂ ਬਹੁਤ ਮੁਸ਼ਕਿਲ ਹੋ ਜਾਣਗੇ ਜੀ ਤੁਹਾਡਾ ਫਿਰ ਇੰਗਲੈਂਡ ਜਾਣਾ ਵੀ ਮੁਸ਼ਕਿਲ ਹੋ ਜਾਣਾ ਤੁਹਾਡਾ NRI ਬਣਨਾ ਵੀ ਮੁਸ਼ਕਿਲ ਹੋ ਜਾਣਾ ਮੈਂ ਤੁਹਾਨੂੰ ਦੱਸਦਾ ਦੇਖੋ ਆ ਇੰਡੀਆ ਆਇਆ ਜੀ ਕੋਈ ਨੀ ਇੱਥੇ ਲਾ ਲਓ ਇੱਕ ਡਿੰਗੇ ਪੱਟਣੀ ਹੈ ਅੱਗੇ ਹੋਰ ਕੀ ਹੈ ਆ ਹੈ ਜੀ ਇੰਡੀਆ ਤੇ ਹੁਣ ਤੁਸੀਂ ਜਾਣਾ ਹੈ ਇੱਥੇ ਇੰਨੇ ਸਫ਼ਰ ਵਾਸਤੇ ਤਾਂ 15 ਲੱਖ ਕੁਛ ਵੀ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਨੈਕਸ਼ਨ ਦਵਾ ਦੂੰਗਾ ਕਨੈਕਸ਼ਨ ਕੀ ਕਹਿੰਦੇ ਨੇ ਉਹਨੂੰ ਸਵੇਰੇ ਦਵਾਇਆ 8 ਵਜੇ ਇੱਕ ਬੰਦੇ ਨੂੰ ਫੋਨ ਕਰਕੇ ਮੈਂ ਯਾਰ ਕਨਸੈਸ਼ਨ ਹਾਂ ਉਹੀ ਮੈਂ ਦਵਾ ਦੂੰਗਾ ਫਿਰ ਤਾਂ ਬਹੁਤ ਚੰਗਾ ਹੋ ਜੂਗਾ ਜੀ ਮੈਂ ਚੰਗਾ ਕਰਨ ਵਾਸਤੇ ਤਾਂ ਬੈਠਾ ਇੱਥੇ ਮੈਨੂੰ ਰੱਬ ਨੇ ਨਾ ਉੱਪਰੋਂ ਸਿਰਫ ਲੋਕਾਂ ਦੇ ਭਲੇ ਕਰਨ ਵਾਸਤੇ ਭੇਜਿਆ ਮੈਂ ਨਾ ਬਹੁਤ ਜ਼ਿਆਦਾ ਨਹੀਂ ਦੇ ਸਕਦਾ ਦੁੱਖ ਕਿਸੇ ਦਾ ਤੁਸੀਂ ਮਾਰਾ 15 ਲੱਖ ਦਾ ਇੰਤਜ਼ਾਮ ਕਰੋ ਬਸ ਖੁਸ਼ ਮੈਂ ਕਰ ਦਿੰਦਾ ਫੋਨ ਮੈਂ ਮਾਈਕਲ ਨੂੰ ਹੁਣੇ ਫੋਨ ਕਰ ਦਿੰਦਾ ਹੈ ਠੀਕ ਹੈ ਚਲੋ ਹੁਣ ਸਰ ਸ਼ੈਰੀ ਬਹੁਤ ਚੰਗਾ ਮੁੰਡਾ ਹੈ ਦਿਲ ਦਾ ਬਹੁਤ ਸਾਫ਼ ਹੈ ਸਰ ਨਾਲੇ ਸਰ ਗਾਣਾ ਵੀ ਬਾ ਕਮਾਲ ਗਾਉਂਦਾ ਹੈ ਓਏ ਇਸ ਬੈਂਕ ਨੂੰ ਜਾਗਰਣ ਪਾਰਟੀ ਨਾ ਬਣਾ ਕੇ ਰੱਖ ਦਿਓ ਇੱਕ ਦਿਨ ਬਈ ਅਸੀਂ ਤਾਂ ਪਹਿਲਾਂ ਹੀ ਇੱਕ ਗਾਉਣ ਵਾਲੇ ਤੋਂ ਬੜੇ ਦੁਖੀ ਹਾਂ ਤੁਸੀਂ ਆ ਦੂਜਾ ਹੋਰ ਚੁੱਕ ਲਿਆਂਦਾ ਹੈ ਸਰ ਤੁਸੀਂ ਤਾਂ ਇਹ ਮਜ਼ਾਕ ਵਾਲੀ ਗੱਲ ਕਰ ਦਿੱਤੀ ਐਕਸਕਿਊਜ਼ ਮੀ ਸਰ ਬਾਹਰ ਕੋਈ NRI ਆਇਆ ਉਹਨੇ ਅਕਾਊਂਟ ਖੁਲਾਉਣਾ ਬਈ ਬਿਠਾਓ ਇਹਨਾਂ ਨੂੰ ਚਾਹ ਪਾਣੀ ਪਿਆਓ ਫੋਰਨ ਐਕਸਚੇਂਜ ਦਾ ਮਾਮਲਾ ਆਇਆ ਮੈਂ ਉਹਨਾਂ ਨੂੰ ਪਰਸਨਲੀ ਮਿਲਾਂਗਾ ਇਹ ਅਕਾਊਂਟ ਸਾਡੇ ਬੈਂਕ ਵਿੱਚ ਜ਼ਰੂਰ ਖੁੱਲਣਾ ਚਾਹੀਦਾ ਹੈ ਠੀਕ ਹੈ ਸਰ ਇੱਕ ਘੁੰਮਣ ਸਾਹਿਬ ਗੱਲ ਬਣੀ ਕਿ ਨਹੀਂ ਓਕੇ ਸਰ ਮੈਂ ਉਹਨਾਂ ਨੂੰ ਬਿਠਾਨੀ ਆ ਜੀ ਸਰ ਮੈਂ ਵੀ ਤਾਂ ਬਾਹਰ ਹੀ ਜਾਣਾ ਜੀ ਜਿੰਨੇ ਫੋਰਨ ਐਕਸਚੇਂਜ ਤੇ ਪਾਉਂਡ ਨੇ ਤੁਹਾਡੇ ਬੈਂਕ 'ਚ ਤਾਂ ਆਉਣੇ ਨੇ ਘੁੰਮਣ ਸਾਹਿਬ ਹਾਂਜੀ ਸਰ ਲੋਨ ਤਾਂ ਮੈਂ ਸੈਂਕਸ਼ਨ ਕਰ ਦਿਆਂਗਾ ਪਰ ਕੀ ਸਰ ਤੁਸੀਂ ਤਾਂ ਘੁੰਮਣ ਸਾਹਿਬ ਚੰਗੀ ਤਰ੍ਹਾਂ ਜਾਣਦੇ ਹੀ ਆ ਜੇ ਇਹਨੇ ਲੋਨ ਲੈਣਾ ਹੈ ਨਾ
फिर इनू घर तो गिरवी रखना ही पैना। किलो बादे मटर जी बाबू जी। ओए रेट की है? 100 रुपए किलो है बाबू जी। ओए बाबू जी कह के सारा टैक्स मेरे ला देगा, जो 100 रुपए किलो मटर हो गया इतने बैठा की करता, सिनारी दुकान पे बैठा जाके। अब क्या बताएं बाबू जी, महंगाई इतनी बढ़ गई है, गोभी तो बाबू जी आप छू भी नहीं सकते, रेट सुनते ही आंखें अपने आप बहने लग जाती हैं। बाबू जी आपका मटर। ओए शेरी इंग्लैंड वास्ते सब्जी इतो लेके चले, तुम ही नाल चलना, कौन बनाऊगा उथे जाके। ओए शेख चिली पहला अपना जान दा ते जुगाड़ कर लै, मां नाल गल होई घर जाके करनी है। अजय राम नाल आवड़ा, चल मैं भी चलती हूँ तेरे नाल, तेरे फेवरेट मटर पनीर भी बना देंगी। बाहर ले मुख जाके तो पता नहीं याद करेगा भी कि नहीं, मेरे हाथ के मटर पनीर तू कभी भी नहीं भूलेगा। बाबू जी 20 रुपए कम है, गरीब आदमी है हम भी, गरीब हैं, पीछे बेजारी। एक खुशबू का दी है कि ते मैं गैस ते रख के कुछ भूलता नहीं गई। एक की हो रहा है भाई? रीत तू मेरे रसोई च की कर रही है? तुसी भी मम्मी दी गल दा पूरा मान गए? सॉरी बेबे। चल बेबे तू बैठ, असी तेरे वास्ते मटर पनीर बनाया। ਤੁਹਾਡੇ ਲਈ ਦੋ ਫੁਲਕੇ ਵੀ ਲਾ ਦਵਾਂ? ਇੱਥੇ ਬਹਿ ਜਾ ਮੇਰੇ ਕੋਲ ਬਈ, ਇੰਨੀ ਸੇਵਾ ਕਰੋਗੇ ਨਾ ਮੇਰੀ ਤਾਂ ਮੈਨੂੰ ਤਾਂ ਹਾਰਟ ਅਟੈਕ ਆ ਜਾਣਾ। ਮਟਰ ਪਨੀਰ ਦੇਸੋ, ਇਹਦੇ ਵਾਸਤੇ ਤਾਂ ਮੈਂ ਅੰਮ੍ਰਿਤ ਨਾਲ ਵੀ ਪੰਗਾ ਲੈਣ ਨੂੰ ਤਿਆਰ ਹਾਂ। ਥੈਂਕ ਯੂ ਬੇਬੇ। ਹੁਣ ਸਾਰੀਆਂ ਗੱਲਾਂ ਛੱਡੋ, असली गल ते आ जाओ, की खिचड़ी पक रही है तोड़े दोनों च? देख बेबे, जे तू रीत नूं अपनी नूं बनाउणा चाहुंदी है ते आ मटर पनीर सारी उम्र खाना चाहुंदी है ना, तां बेबे मैनूं इंग्लैंड जाना पैणा, पौंड कमाउणे पैणे आ। ठीक है, तू अपनी भूआ नाल फोन ते गल कर ले। भूआ नूं छड्ड बेबे, ओह किसे काम दी नहीं, मैं ट्रैवल एजेंट नाल गल कर ली है, ओह मैनूं स्टडी वीजे ते बाहर भेज दूगा, पर बेबे ਉਹਦੇ ਲਈ 15 ਲੱਖ ਰੁਪਏ ਲੱਗਣਗੇ। ਫਿਰ ਤੂੰ ਉਹਦੇ ਵਾਸਤੇ ਵੀ ਕੁਛ ਨਾ ਕੁਛ ਤਾਂ ਜ਼ਰੂਰ ਸੋਚਿਆ ਹੀ ਹੋਣਾ, ਇੰਨੇ ਪੈਸੇ ਕਿੱਥੋਂ ਆਉਣਗੇ ਉਹ ਵੀ ਦੱਸ ਦੇ। ਬੇਬੇ ਹਰੀ ਦੇ ਪਾਪਾ ਨਾ ਮੈਨੂੰ ਆਪਣੇ ਬੈਂਕ ਤੋਂ ਐਜੂਕੇਸ਼ਨਲ ਲੋਨ ਦਵਾ ਦੇਣਗੇ, ਪਰ ਇਹ ਤੂੰ ਪਰ ਪਰ ਕੀ ਕਰੀ ਜਾਣਾ, ਕੀ ਡਰਾਮਾ ਹੈ, ਤੂੰ ਸਾਰੀ ਗੱਲ ਮੈਨੂੰ ਸਹੀ ਸਹੀ ਕਿਉਂ ਨਹੀਂ ਦੱਸਦਾ? ਬੈਂਕ ਤੋਂ ਲੋਨ ਲੈਣ ਵਾਸਤੇ ਆਪਾਂ ਨੂੰ ਆਪਣਾ ਘਰ ਗਿਰਵੀ ਰੱਖਣਾ ਪੈਣਾ। ਪਰ ਤੂੰ ਉਹਦੀ ਫਿਕਰ ਨਾ ਕਰੀ ਬੇਬੇ, ਮੈਂ ਇੱਕ ਵਾਰ ਇੰਗਲੈਂਡ ਚਲਿਆ ਗਿਆ ਨਾ, ਕੰਮ ਕਰੂੰਗਾ, ਪੌਂਡ ਕਮਾਊਂਗਾ, ਤੂੰ ਰਾਜ ਕਰੇਂਗੀ ਬੇਬੇ ਰਾਜ। ਪੁੱਤਰ ਜੀ ਮੈਨੂੰ ਰਾਜ ਕਰਨ ਦਾ ਕੋਈ ਸ਼ੌਕ ਨਹੀਂ, ਪਰ ਜੇ ਘਰ ਤੇਰੇ ਕਿਸੇ ਕੰਮ ਹੀ ਨਾ ਆਇਆ ਤਾਂ ਇਹਨਾਂ ਉੱਟਾ ਪੱਥਰਾਂ ਨੂੰ ਮੈਂ ਨਾਲ ਲੈ ਕੇ ਜਾਣਾ ਪੈਣਾ। ਤਾਰੇ ਗਵਾਹੀ।
के ऊपर खुले रखें। साथ में इस सामान को अपने कक्ष में या सामने वाली कुर्सी के नीचे रखें। इस विमान में 8 वाह है, 2 मान के पिछले भाग में, 4 ओविंग पर, 2 मान ही आगे की ओर। आपका सिस्टम द्वार आपके पीछे हो सकता है। कैबिन में हवा का दबाव कम होने पर ऑक्सीजन का मात्रा में चल जाएंगे। कुर्सी पर बैठे रहे, मास्क वगैरह की छीना को जाकर सामान्य सांस लें। अपनी दोस्त के नीचे बैठा जाए क्योंकि इस बात की संभावना कम है। Drink, ma'am. Would you like to drink something? हाँ जी. Would you like to drink something? मैंने मिल सकती है? बिल्कुल. जी तो सी पीना चाहते हो ता जरूर. हाँ जी. बड़ी सोनी पंजाबी बोलते हो जी. केड़े शहर तो हो जी? चंडीगढ़. चंडीगढ़ केड़े सेक्टर जी? एक और लाइफ जैकेट मिल सकती है जी? या. ले. ये तो कमाल ही होगी. मेरे सारे नान के चंडीगढ़ तो हैं जी. Okay. चलो हम तो सफर बढ़िया कर दूंगा। मैडम जी। हाँ जी। एक और लाइफ जैकेट मिल सकती है जी? एक और? इन्ना पीना सेहत लिए चंगी गल नहीं है। पीना मैं तुहाडा? चलो शुक्र है जी, तुसी पंजाबी ते ताए। मैं तो सोचा है जी। ना है जी, मेरा शहरी मैं नारी बनन इंग्लैंड जा रहे हैं जी। तुसी मैनू गलत ना समझो। ना ना, मैनू शराब पीने का शौक नहीं है जी। उसका मैं थोड़ा सा नर्वस फील कर रहा सी क्योंकि ये शराब नहीं है जी, पंजाबियों दी लाइफ जैकेट, राइट? हुण तुसी जाओ ते प्लीज अपनी सीट पे बैठो। तुसी बड़े सोहने हो जी, पर मेरी रीत वर्गा कोई नहीं है। ते तुसी जड़ा आइटम कीता सी रा जी? आइटम? केड़ा आइटम? जहाज विच हैगे 2 बूहे पिछे ते 2 बूहे अग्गे, सां थोड़ा कुटे ते पाइप हैगे लगे, ते पाइप आवे थल्ले ते गल बन्नो पल्ले, मुंह ते लाओ मास्क नहीं रह जोगे कल्ले। बल्ले 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 बल्ले। ड्राइवर जहाज मुझे पानी दे उतारे, डोंट फील वरी आपा बच जाएंगे सारे, ध्यान रखना कोई पैदल ना चले, क्योंकि लाइफ जैकेट भाई थोड़ी कुर्सी ते चले। बल्ले 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 बल्ले। कुछ भी तुहानू जो समझ ना आवे, बंद हो जान अकल दे द्वार, मेरी गल मन लो लाओ तुसी जग चार, पंजाबियों दी लाइव जैकेट नहीं तो यार। बल्ले 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 बल्ले। यार पुआ जी हैं? सॉरी, मेरी पुआ जी, मायसेल्फ शेरी फ्रॉम कपूरथला। ओ कौन है पुत्र? समान से लुकी वर इस पुआ। ओ हाँ हाँ पुत्र, ए आ शेरी, तेरी मामी है ना कपूरथले विच? ए आन वाले सी, तुसी दसया ही नहीं। मेरे माइंड तो उतर गया सीगा। कम इन मेर। सशिकल पुआ जी। जिंदा रहे पुत्र, जिंदा रहे। पॉल तू जाके दे ले गेस्ट रूम खोल दे, ते तू आराम कर ला, फ्रेश होला, फिर आपा सवेरे गल करते हैं। ਸਵੇਰੇ ਬਾਹਰ ਤਾਂ ਦਿਨ ਹੀ ਹੈ ਭੂਆ ਜੀ। ਵੈਲਕਮ ਟੂ ਬਰਮਿੰਗਮ, ਸਮਰ ਵਿੱਚ ਇੱਥੇ 14 ਘੰਟੇ ਲਾਈਟ ਰਹਿੰਦੀ ਆ। ਚਲੋ ਮੈਂ ਤੁਹਾਡਾ ਰੂਮ ਦਿਖਾ ਦਿੰਦਾ। ਹਾਂ ਹਾਂ ਪੁੱਤਰ, ਥੱਕ ਗਿਆ ਹੋਣਾ, ਤੁਸੀਂ ਆਰਾਮ ਕਰ ਲਓ। ਤੁਸੀਂ ਮੈਨੂੰ ਦੱਸਿਆ ਨਹੀਂ, ਅਗਲੇ ਹਫ਼ਤੇ ਮੇਰੇ ਫਰੈਂਡਸ ਆਉਣ ਵਾਲੇ ਆ। ਉਹ ਪੁੱਤਰ, ਇਹਨੇ ਤਾਂ 1-2 ਦਿਨ 'ਚ ਤੁਰ ਜਾਣਾ ਆ, ਮੈਂ ਸਵੇਰੇ ਗੱਲ ਕਰਦੀ ਹਾਂ। ਅੱਗੇ ਦਾ ਕੀ ਪਲਾਨ ਹੈ ਪੁੱਤਰ? ਪਹਿਲਾਂ ਡਿਪਲੋਮਾ ਖਤਮ ਕਰੂੰਗਾ ਭੂਆ ਜੀ, ਨਾਲ ਕੋਈ ਕੰਮ ਫੜ ਲੂੰਗਾ, ਫਿਰ ਇੱਥੇ ਕੋਈ ਬਿਜ਼ਨਸ ਜਮਾਵਾਂਗੇ। ਇੱਕ ਸੀਕ੍ਰੇਟ ਡਿਜ਼ਾਇਰ ਵੀ ਹੈ ਭੂਆ ਜੀ। ਸੀਕ੍ਰੇਟ ਡਿਜ਼ਾਇਰ? ਓਕੇ,
تھوڑے پیسے کما کے ایلبم کرنا پوا جی اتوں سنگل تا اسی سال کر دینا ویاہ تو پہلا ویاہ تا وی پلان بنایا ہویا یا ویکھ اینو کم آن مام مینوں نہ کھچو ایدے وچ تسی اپنے پوائنٹ تے رہو پتر رہن دا وی کچھ انتظام کیتا ہے گا پتر ایتھے تا رواج نہیں کسے دوجے دے گھر زیادہ دن گیسٹ بن کے رہن دا ایتھے تے لوگ ایک رات رہندے نے سلیپ اوور جے بہتا ہووے تا دو راتاں وی رہ لیندے نے پر تو فکر نہ کر آرام نال پورا ایک ہفتہ رہ پول when are your friends coming over next weekend mom لے فرائیڈے تک تو کوئی پرابلم ہی نہیں ہے گی Hi, all right? Yes, I'm fine. How can I help you? Sarabjit nu milna si. I'm sorry? Sarabjit? Sarabjit is coming back in about 2 hours, so you can come back later, okay? انگلینڈ یو نو ہم نو آئی ڈونٹ نو ہم مزاق نہ کر یار جیتو ہے میٹ ڈو کراؤڈ ہیئر برمنگھم ورلڈ کالج برمنگھم ورلڈ کالج نہ تسی انے ہو یا ان پڑھ ہو ایڈا بڑا باہر بورڈ لگیا تھوں دسیا نہیں ہاں فوٹو چ تاں ڈفرنٹ ہے جی بگ بین یہ تاں لنڈن برج ہے یہ تمہوں لنڈن جانا پینا تے اے ہے برمنگھم مجھے گل تو سمجھ نہیں آتی بھی عام جنتا یہ کو سوچتی ہے بھی انگلینڈ دے وچ لنڈن تو علاوہ اور کوئی تھا ہی ہے نہیں نیو ایڈمیشن کی نام تیرا جی یوراج سنگھ سدھو ہوٹل مینجمنٹ نام تا ہے گا پر تیری فیس نہیں پری فیس نہیں پری فیس تا ایڈوانس دیتی ہے جی ٹریول ایجنٹ نو وہی تا روز دا قصہ ہے کاکا ایتھے ہر روز ایک ادھا سٹوڈنٹ تا آؤں دا ہی ہے تیرے ارگا تسی آئے کرو اپنے ایجنٹ نا گل کرو تے اپنی فیس جمع کراؤ جے نہیں جمع کروا سکدے تا جان دی ٹکٹ کٹاؤ پر میرے فیوچر دا سوال ہے سر ہن کنوں کنوں جواب دے جائیے نالے جے آن تو پہلا آپ دے ایجنٹ نو دو سوال ہور پوچھ لیندا نا تا اج آ نوبت نہیں آنی سی پر تہانوں پتہ نہیں کاہدی کالی رہندی ہے اڈاری مارن دی جیڑا بندہ اڈاری مار کے ایتھے آ جاندا نا بندہ نہیں کہندے انہوں کہندے ہے کبوتر اپنے تیرے
ਪ੍ਰਸ਼ਾਦਾ ਵਾਹਿਗੁਰੂ, ਪ੍ਰਸ਼ਾਦਾ ਵਾਹਿਗੁਰੂ, ਪ੍ਰਸ਼ਾਦਾ ਵਾਹਿਗੁਰੂ, ਪ੍ਰਸ਼ਾਦਾ ਵਾਹਿਗੁਰੂ। ਕੀ ਗੱਲ ਹੈ ਪੁੱਤਰ, ਆਰ ਯੂ ਆਲ ਰਾਈਟ? ਉਡਾਰੀ ਮਾਰ ਕੇ ਆਇਆ ਜੀ। ਕਿਸੇ ਨੇ ਮੈਨੂੰ ਦੱਸਿਆ ਮੈਂ ਬੰਦਾ ਨਹੀਂ ਰਿਹਾ, ਕਬੂਤਰ ਬਣ ਗਿਆ। ਨਾ ਰਹਿਣ ਦੀ ਜਗ੍ਹਾ, ਨਾ ਖਾਣ ਪੀਣ ਦਾ ਟਿਕਾਣਾ। ਟਰੈਵਲ ਏਜੰਟ ਫੀਸ ਮਾਰ ਗਿਆ। ਪਰਾਇਆ ਮੁਲਕ, ਨਾ ਬੇਬੇ, ਨਾ ਰੀਤ। ਤੇ ਤੁਸੀਂ ਪੁੱਛ ਰਹੇ ਹੋ ਆਰ ਯੂ ਆਲ ਰਾਈਟ? ਗੁਰੂ ਦੇ ਦੁਆਰੇ ਤੇ ਆ ਕੇ ਪੁੱਤਰ ਇਹੋ ਜੀ ਸੋਚ ਨਹੀਂ ਰੱਖਦੇ। ਸਭ ਦਾ ਰਾਖਾ ਵਾਹਿਗੁਰੂ ਹੈ, ਉਹੀ ਦੇਣ ਵਾਲਾ ਹੈ ਤੇ ਉਹੀ ਲੈਣ ਵਾਲਾ। ਤੇਰੇ ਰਹਿਣ ਦਾ ਟਿਕਾਣਾ ਤਾਂ ਮੈਂ ਕਰ ਦੇਣਾ। 20 ਪੌਂਡ ਹਫਤੇ ਦਾ ਕਿਰਾਇਆ ਹੈ, 4 ਹਫਤੇ ਦਾ ਕਿਰਾਇਆ ਮਾਫ। ਕੀ ਕਹਿਣਾ? ਇੱਥੇ ਸਭ ਦਾ ਅਲੱਗ ਅਲੱਗ ਰੂਮ ਹੈਗਾ। ਅਮਰੀਕ ਜੀ, ਇਹ ਲਿੰਗਮ ਹੈ। ਚਾਹ ਪਾ ਲਿੰਗਮ ਜੀ? ਉਹ ਤੂੰ ਛੱਡ। ਸਾਰੀ ਇਹ ਸ਼ੈਰੀ ਹੈ। ਟੇਕ ਕੇਅਰ ਆਫ ਇੰਡੀਆ, ਨਵਾਂ ਨਵਾਂ ਪੰਜਾਬ ਤੋਂ ਆਇਆ। ਓਕੇ, ਖੁਸ਼ ਹੈ ਪੁੱਤਰ? ਚੱਲ ਮੈਂ ਚੱਲਦਾ ਬਾਈ। ਥੈਂਕ ਯੂ ਜੀ। ਚੰਗਾ, ਕਮ ਇਨ, ਮੀਟ ਯੂਰ ਸੈਕਿੰਡ ਰੂਮੀ ਅਹਿਮਦ ਅਲੀ ਬੇਗ। ਅਹਿਮਦ ਬਾਈ, ਹੀ ਇਜ਼ ਅ ਸ਼ੈਰੀ ਫਰੋਮ ਪੰਜਾਬ। ਨਵਾਂ ਪੀ ਜੀ। ਹੈਲੋ ਪਾਜੀ, ਬੈਠ। ਕਿਹੜੇ ਪਿੰਡ ਦੇ ਹੋ ਵੀਰ ਜੀ? ਬਈ ਕੀ ਜਵਾਬ ਦਵਾਂ ਤੇਰੀ ਗੱਲ ਦਾ? ਜਿੱਥੇ ਸਾਡੀ ਜਿੰਦ, ਉਹੀ ਸਾਡਾ ਪਿੰਡ। Why can't you speak in a language which everyone can understand? Jind and tind and ganji tind. Wasting all that time finding the rhyme. Oh, meri shayari nu gaalan kat kat ke lagda shayari da shauk tenu vi pe gaya. Kede pind de ho vir ji? Bhai ki jawab dava teri gal da? Jithe saadi jind, ohi saada pind. Why can't you speak in a language which everyone can understand? Jind and tind and ganji tind. Wasting all that time finding the rhyme. ਓਏ, ਮੇਰੀ ਸ਼ਾਇਰੀ ਨੂੰ ਗਾਲਾਂ ਕੱਢ ਕੱਢ ਕੇ ਲੱਗਦਾ ਸ਼ਾਇਰੀ ਦਾ ਸ਼ੌਂਕ ਤੈਨੂੰ ਵੀ ਪੈ ਗਿਆ। ਮੈਂ ਕਾਫੀ ਲੈ ਕੇ ਆਤਾ ਤੁਹਾਰੇ ਲਈ। ਆਈ ਐਮ ਫਰੋਮ ਸਿੰਧ। ਸਿੰਧ? ਇਹ ਕਿੱਥੇ ਹੋਇਆ ਵੀਰ ਜੀ? ਬਹੁਤ ਸਾਲ ਪਹਿਲਾਂ ਤਾਂ ਤੁਹਾਡੇ ਮੁਲਕ 'ਚ ਸੀ, ਪਰ ਹੁਣ ਪਾਕਿਸਤਾਨ 'ਚ ਹੈ। ਇੱਕ ਪਾਕਿਸਤਾਨੀ ਦੇ ਨਾਲ ਰਹਿਣ 'ਚ ਕੋਈ ਪ੍ਰੋਬਲਮ ਤਾਂ ਨਹੀਂ? ਕਿਉਂ ਸ਼ਰਮਿੰਦਾ ਕਰ ਰਹੇ ਹੋ ਵੀਰ ਜੀ? ਇਹ ਤਾਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਜਿਹੜੀ ਤੁਸੀਂ ਮੈਨੂੰ ਰਹਿਣ ਦੀ ਜਗ੍ਹਾ ਦਿੱਤੀ ਹੈ। ਕਿਸੇ ਨੇ ਸਾਡੀ ਮਦਦ ਕੀਤੀ ਸੀ, ਅਸੀਂ ਤੇਰੀ ਕਰ ਰਹੇ ਹਾਂ, ਕੱਲ ਨੂੰ ਤੂੰ ਕਿਸੇ ਹੋਰ ਦੀ ਕਰੇ। ਪਾਸ ਇਟ ਔਨ ਮੇਟ, ਆਹੀ ਦਸਤੂਰ ਹੈ। ਉਹ ਬੈਗ ਤਾਂ ਲਾਲਾ ਹੈ। ਹੈਲੋ ਸੇਥੀਆ ਹੇਅਰ। ਹਾਂਜੀ ਘੁੰਮਣ ਸਾ? ਹੈਲੋ ਪੈਰੀ ਪੈਣਾ ਗੁਰੂ ਜੀ? ਹਾਂ ਸ਼ੈਰੀ ਪੁੱਤਰ, ਇੰਨਾ ਚਿਰ ਹੋ ਗਿਆ, ਤੂੰ ਫੋਨ ਕਿਉਂ ਨਹੀਂ ਕੀਤਾ ਕਿਸੇ ਨੂੰ? ਬਸ ਬੇਬੇ ਨੂੰ ਫੋਨ ਕਰਤਾ ਸੀ ਜੀ। ਉਸ ਤੋਂ ਬਾਅਦ ਤਾਂ ਜੋ ਮੇਰੀ ਹਾਲਤ ਹੋਈ ਹੈ ਨਾ ਗੁਰੂ ਜੀ, ਸਭ ਠੀਕ ਤਾਂ ਹੈ? ਵਾਹਿਗੁਰੂ ਦੀ ਮੇਰੇ ਨਾਲ ਹੁਣ ਤਾਂ ਸਭ ਕੁਝ ਠੀਕ ਹੈ ਗੁਰੂ ਜੀ। ਪਰ ਇੱਕ ਗੱਲ ਬੇਬੇ ਤੇ ਰੀਤੂ ਨਾਲ ਦੱਸਿਓ। ਉਹ ਟਰੈਵਲ ਏਜੰਟ ਦਾ ਫਰੌਡ ਨਿਕਲ ਗਿਆ ਜੀ, ਉਹਨੇ ਮੇਰੀ ਫੀਸ ਦੇ ਪੈਸੇ ਜਮਾ ਹੀ ਨਹੀਂ ਕਰਾਏ। ਉਹਦੀ ਤਾਂ ਤੂੰ ਸਬਰ ਰੱਖ ਪੁੱਤਰ, ਮੈਂ ਲੈਂਦਾ ਉਹਦੀ ਖਬਰ। ਫੀਸ ਤਾਂ ਉਹਦਾ ਪਿਓ ਵੀ ਜਮਾ ਕਰਾਊਗਾ। ਇੱਕ ਥਾਣੇਦਾਰ ਹੈ ਮੇਰਾ ਫੈਨ, ਮੈਂ ਉਹਦੇ ਨਾਲ ਕਰਦਾ ਗੱਲ। ਠੀਕ ਹੈ ਗੁਰੂ ਜੀ, ਸਭ ਸੈੱਟ ਹੋ ਜੂ। ਘੁੰਮਣ ਸਾਹਿਬ, ਜਾਂ ਤਾਂ ਤੁਹਾਡਾ ਫੋਨ ਆਇਆ ਰਹਿੰਦਾ ਜਾਂ ਤੁਸੀਂ ਪ੍ਰੋਗਰਾਮ ਤੇ ਤੁਰੇ ਰਹਿੰਦੇ ਹੋ। ਮੈਨੂੰ ਇਹ ਦੱਸੋ ਕਿ ਬੈਂਕ ਤੁਹਾਨੂੰ ਤਨਖਾਹ ਕਿਉਂ ਦਿੰਦਾ ਹੈ? ਇਮੇਜ ਪ੍ਰੋਜੈਕਟ ਕਰਨ ਵਾਸਤੇ। What happened, man? Missing your family, yeah? I also miss Kerala food very much. My family, my friends. But see, if you are here to make money, don't sit like this any, yeah? Kidhar jaiye phir? Yeah. Sadan aal ravaga, ash karoga. Bond leke shopping sari, cash karoga. ਸਾਡੇ ਨਾਲ ਆਇਓ, ਸਾਡੇ ਨਾਲ ਬੋਲੇ ਬੋਲੇ ਯੇ।
ਗੋਲ ਗੱਪੇ ਲਾਵਾ ਜੀ ਕਿੰਨੇ ਤੇਰੀ ਡਿਊਟੀ ਲਾਈ ਆ ਇੱਥੇ ਕੀ ਹੋ ਗਿਆ ਆਂਟੀ ਜੀ ਆਂਟੀ ਵੇਖਦੀ ਆ ਤੈਨੂੰ ਮੈਂ ਹੁਮੀ ਮੈਡਮ ਤੈਨੂੰ ਇੰਨਾ ਨਹੀਂ ਪਤਾ ਗੋਲ ਗੱਪੇ ਖਿਲਾਣ ਵਾਸਤੇ ਹੱਥਾਂ ਚ ਗਲਵਸ ਹੋਣੇ ਚਾਹੀਦੇ ਆ ਵਾਟ ਆਰ ਯੂ ਡੂਇੰਗ ਮੈਨ ਵਿਦ ਦ ਗਲਵਸ ਆਈ ਐਮ ਸੌਰੀ ਵੇਟ ਵੇਟ आंटी जी मैडम जी ये व्याह नहीं हो सकता इश्क लकी नाल ते व्याह हैप्पी नाल ए नहीं हो सकता सिमरन तेरे नाल पढ़ने लिए मैं कॉलेज तीन बारी फेल होया यार ते तू मैनु छड़ के किसी होर नाल जा रही है बड़ी गलत गल है यार वो तो चलो है परा बाहर कड्डा इनू माहौल खराब कर रहा व्याह दा इन्हां नू इत्थों बाहर कढ सकदे हो पर मेरे दिल चो तो नहीं कट सकते जिंदगी विच एक बारी पास होना कितना मुश्किल है यार ये बंदा तो तीन बारी फेल होया ना ली बड़ी ना इंसाफी है यार कितना सैक्रिफाइस किया बेचारे ने एक गोल गप्पे वाले नु भी ये गल समझ आ गई है पर दुनिया नहीं समझी कि सिमरन हैप्पी दी नहीं लकी दी है तू कौन होना है पाजी तुसी आ गोल गप्पा खाओ ओ दफा कर गोल गप्पिया नु ओ पाजी छेती खाओ जे टूट गया ना कपड़े लिबड़ जाने ग्लव्स पाके परया जी शेरी इज अ फास्ट लर्नर क्यों मैडम जी खाओ खाओ बीर जी खाओ बड़ा तू खा यार क्योंकि ताडे वास्ते नहीं बनाया सी वीर जी किसी होर वास्ते बनाया सी तिखा मिठा ओदे हिसाब नाल पाया सी रब ने भी साडे हिसाब नाल साडा गोल गप्पा बनाया जी किसे होर दा गोल गप्पा असी हैंडल नहीं कर सकते की समझे समझ गया ब्रो ए गोल गप्पा हैप्पी दा नहीं लकी दा करेक्ट है वीर जी मुख के खाने आए ट्रैवल एजेंटा ने पंजाब नू आजो आजो इंस्पेक्टर साहब आजो मेरे नाल दुनिया ने लुटता फिरता है आजो इंस्पेक्टर साहब हुन किथे लुकन लग गया है फड़ो नू फड़ो इस चोर नू चल चल ओले पाले लोकां नू लुटता फिरता बड्या बदमाश चल चल हुन लगू तैनु पता बड़ी छेती एक्शन लिया गुड गुड तुहाडी फीस जमा हो गई है कल नू आजो एंड जॉइन योर कोर्स वेलकम टू बर्मिंघम वर्ल्ड कॉलेज मुबारक भाई शहरी सौ साल पुरानी इमारत है पर वेख के लगता मिस्त्रियों ने पिछले हफ्ते बनाई ये गोरा लोग अपनी बिल्डिंग का बहुत केयर करता जी सही गल है जे इंडिया होंदा ना असि इनू खुरच के जग्गू लव्स बबली ते बबलू लव्स पिंकी कर देना सी यू आर राइट यस शेरी है You are Sarabjit, right? Hey, what kind of a person you are, man? कल को तुम्हारी फैमिली से पंजाब से तुमको कोई मिलने आएगा तो उसको भी रिकॉग्नाइज नहीं करेगा तुम? केड़ा बैरी मिल गया भाई सवेरे सवेरे तुसी कौन जनाब यार मैं तो बिना क्वेश्चन के इसको पहचान लिया सरबजीत यार मैनू होर शर्मिंदा ना करो शहरी कित्थे है ओ की करना वीर तू शहरी दा ओ कौन भाई तुसी मेरा दिल ते कहना मैं तुहानू जानदा बंटे ते गुली डंडा नाल खेडे आ ओ पर तुसी ते जानदे नहीं भाजी मैनू माफ कर दे यार बड़ा बेगैरत हो गया तेरा यार सरबजीत ए इंग्लैंड है यार एथे कोई किसे दा सका नहीं यार दी मजबूरी दा समझ लै एक बार हुण उत्थे ही खड़ा रहेगा
यार फेसबुक ते फोटो तो बड़िया कमाल दी लाइया तू यार फेसबुक ते सच थोड़ा ही पता चलता है ओ कर ते ओ कर सब मेरे मालक दे है ओही मालक जो इंडियंस दी शक्ल देख के भी राजी नहीं है वर्क वूमेन ते वेदर तिना चीजा का कोई भरोसा नहीं है इत्थे हर पासे रिस्क ही रिस्क आ ते ओ कुड़िया ओ ब्लॉन्ड और रंगीन जिंदगी का की राज है वीरे रेडी ਓ ਕੀ ਹਾਲ ਆ ਸੋਹਣੇ ਹੋ ਇਹਨਾਂ ਨੇ ਤਾਂ ਕੁੱਟ ਛੱਡਿਆ ਯਾਰ ਤੈਨੂੰ ਆ ਫੋਨ ਫੜਾ ਫੋਟੋ ਵਿੱਚ ਇੱਕ ਵੀ ਥੱਪੜ ਨਹੀਂ ਆਇਆ ਉਹ ਤੈਨੂੰ ਥੱਪੜ ਪੈ ਰਹੇ ਸੀ ਮੈਂ ਫੋਟੋ ਕਿਵੇਂ ਖਿੱਚਦਾ ਉਹੀ ਤਾਂ ਮੈਂ ਕਹਿਣਾ ਕਿਸੇ ਨੂੰ ਕੀ ਪਤਾ ਮੇਰੇ ਥੱਪੜ ਪੈ ਰਹੇ ਸੀ ਉਹਨਾਂ ਨੂੰ ਤਾਂ ਸਿਰਫ ਕੁੜੀਆਂ ਕੜੀਆਂ ਨਜ਼ਰ ਆਉਂਦੀਆਂ ਨੇ ਪਰ ਇਹ ਸਭ ਦੀ ਲੋੜ ਕੀ ਹੈ ਯਾਰ ਸਰਬਜੀਤ ਕੀ ਦੱਸਾਂ ਉਹਨਾਂ ਨੂੰ ਕਿ ਮੇਰੀ ਲਾਈਫ ਕਿੰਨੀ ਟਫ ਹੈ ਇੱਥੇ ਸਵੇਰੇ 5 ਵਜੇ ਉੱਠੋ ਸਾਰਾ ਦਿਨ ਬਾਹਰ ਰਗੜੋ ਗੋਰਿਆਂ ਦੀ ਨਜ਼ਰ ਵਿੱਚ ਸੈਕਿੰਡ ਕਲਾਸ ਸਿਟੀਜ਼ਨ ਆ ਪਰ ਹੁਣ ਤਾਂ ਗਰਾਰੀ ਫਸ ਗਈ ਯਾਰ ਆਪਣੇ ਮੁਲਕ ਮੁੜ ਕੇ ਜਾ ਨਹੀਂ ਸਕਦੇ ਦੋ ਸਵਾਲ ਯਾਰ ਬੇਲੀ ਏਅਰਪੋਰਟ 'ਤੇ ਪੁੱਛ ਲੈਂਦੇ ਆ ਬਾਹਰੋਂ ਕੀ ਲੈ ਕੇ ਆਏ ਅਤੇ ਕਦੋਂ ਵਾਪਸ ਜਾਣਾ ਹੁਣ ਤਾਂ ਆਪਣਾ ਮੁਲਕ ਵੀ ਨਾਨਕਿਆਂ ਵਰਗਾ ਹੀ ਲੱਗਦਾ ਜਿੱਥੇ ਸਿਰਫ ਛੁੱਟੀਆਂ ਬਿਤਾਉਣ ਚਾਹੀਦਾ ਅਤੇ ਇਸ ਮੁਲਕ ਦੇ ਆਪਾਂ ਹੋ ਨਹੀਂ ਸਕਦੇ ਕਿਉਂਕਿ ਨਹੀਂ ਹੋ ਸਕਦੇ ਯਾਰ ਮੈਂ ਤਾਂ ਪੈਸੇ ਕਮਾ ਕੇ ਆਪਣੇ ਵਤਨ ਮੁੜ ਜਾਣਾ ਵੀਰੇ ਰੀਤ ਮੇਰੀ ਰੋਜ਼ ਰਾਹ ਉਡੀਕਦੀ ਹੋਊਗੀ ਯਾਰ ਰਾਂਝਾ ਜਪਦਾ ਰਹਿ ਗਿਆ ਮਾਲਾ ਹੀਰ ਨੂੰ ਲੈ ਗਿਆ ਵੀਜ਼ਾ ਵਾਲਾ ਹੋ ਗਈ ਪਿੰਡ ਵਿੱਚ ਲਾਲਾ ਲਾਲਾ ਵੇਖੋ ਡਾਲਰ ਦੀ ਜੈ ਮਾਲਾ ਸਟਾਰਟਰ ਅੱਗੇ ਪਾਉਂਦਾ ਵਾਲੇ ਯੂਰੋ ਬਣ ਗਿਆ ਯਾਰ ਪਿਆਲਾ ਸਾਰੇ ਪੀਕੇ ਹੋ ਗਏ ਕੱਲੀ ਵੇਖੋ ਨੋਟਾਂ ਦੀ ਮਧੁਸ਼ਾਲਾ ਮੱਚ ਗਈ ਯਾਰ ਦੁਹਾਈ Where's the dog biscuits? Hello? Where's the dog biscuits? Othe paine veer ji. Say thanks. Fresh. Oh, for no. What the hell? No worries. Get me my change back. Oh. ਨਿਕਲ ਗਿਆ ਜੀ ਧਿਆਨ ਨਾ ਰਹੀ ਇਹ ਏਰੀਆ ਬਹੁਤ ਰਫ ਹੈ ਉਹ ਸਾਡੇ ਕੋਲ ਕੀ ਹੈ ਜੀ ਜਿਹੜਾ ਕੋਈ ਖੋ ਕੇ ਲੈ ਜੂਗਾ ਸਾਨੂੰ ਕਾਹਦਾ ਡਰ ਤੂੰ ਇੱਥੇ ਕੀ ਕਰਦਾ ਸਟੂਡੈਂਟ ਹਾਂ ਜੀ ਇੱਥੇ ਕੀ ਕਰਦਾ ਕੰਮ ਕੀ ਕਰਦਾ ਕੰਮ ਤਾਂ ਲੱਭ ਰਿਹਾ ਜੀ ਇਹ ਸਟੋਰ ਵਿੱਚ ਕੰਮ ਕਰੇਗਾ ਜੋਤਪੁੱਤ ਫੜਾਈ ਮੇਰਾ ਫੋਨ ਜਾ ਭੱਜ ਕੇ ਹੈਲੋ ਹੈਲੋ ਬੇਬੇ ਮੈਨੂੰ ਕੰਮ ਮਿਲ ਗਿਆ ਅੱਛਾ ਪੁੱਤ ਸ਼ੁਕਰ ਹੈ ਤੂੰ ਰੋਟੀ ਟਾਈਮ ਸਿਰ ਖਾ ਲਿਆ ਕਰੀ ਮੈਂ ਤਾਂ ਤੇਰੀ ਫਿਕਰ ਲੱਗੀ ਰਹਿੰਦੀ ਹੈ ਓ ਹਾਂ ਹਾਂ ਬੇਬੇ ਤੂੰ ਤਾਂ ਮੈਨੂੰ ਹੁਣ ਵੀ ਬੱਚਾ ਹੀ ਸਮਝਦੀ ਹੈ ਅੱਛਾ ਚੱਲ ਮੈਂ ਕੰਮ ਤੇ ਜਾ ਰਿਹਾ ਆਰਾਮ ਨਾਲ ਗੱਲ ਕਰਦਾ ਠੀਕਾ ਚੱਲ ਚੰਗਾ ਪੁੱਤ ਚੰਗਾ ਟੂ ਪਲੀਜ਼ ਡੌਗ ਬਿਸਕਟ ਵੇਅਰ ਉੱਥੇ ਹੀ ਪੈ ਰਹੇ ਵੀਰ ਜੀ ਮੈਂ ਹੈਲਪ ਕਰਾਂ How much? ਕਿਹੜੇ ਪਿੰਡ ਦੇ ਹੋ ਵੀਰ ਜੀ How much money for this? You understand money? £5 Wait baby, wait. Best girl baby. Come on, girl. Give that to me, come on. Give it to me, come on. No, please. Wonderful, yaar. Actually,
I was not well today otherwise. Oh, bas karo yaar. Angrezi tanu aundi ni. Punjabi tusi bolde ni. Ghare ja ke sign language ch gallan karde ho. Aaj ta yaar waise waqai tu bacha liya. Bas idda samajh lo ki yamdoot itthon kije aake mud gaya. Bina jaan pehchan de kaun talwar age taun danda yaar kise waste. Oh, main ta koshish vi kiti si toda naam puchhan di. Yaar tada kutta nu vi meri shakal dekh reha si. Par tusi dog biscuit rat laiya. I'm so sorry. Myself, mera naam Pammi hai yaar. Mera Sherry hai ji. Jinna waise daleri wala kaam kita na kaka tu. Tera naam Sherry nahi, Shera hona chahida. Hello. Reet. Oh, tenu pata ajj ki hoya? ਹੋਇਆ ਕੀ ਇਹ ਤੇ ਦੱਸ ਔਰ ਸਭ ਸੈੱਟ ਹੋ ਗਿਆ ਰੀਤ ਜੀ ਗੁਜ਼ਾਰੇ ਜੋਗਾ ਕੰਮ ਮਿਲ ਗਿਆ ਤੇ ਮੇਰੀਆਂ ਕਲਾਸਾਂ ਵੀ ਸ਼ੁਰੂ ਹੋ ਗਈਆਂ ਨੇ ਬਸ ਮੇਰਾ ਕੋਰਸ ਪੂਰਾ ਹੋ ਜੇ ਮੈਨੂੰ ਚੰਗੀ ਨੌਕਰੀ ਵੀ ਮਿਲ ਜੂਗੀ ਪਰ ਤੇਰੀ ਬਹੁਤ ਯਾਦ ਆਉਂਦੀ ਆ ਯਾਰ ਰੀਤ ਤੇ ਫਿਰ ਆ ਜਾ ਨਾ ਮੁੜ ਕੇ ਹੋ ਮੈਂ ਛੇਤੀ ਆ ਜਾਣਾ ਮੁੜ ਕੇ ਤੂੰ ਫਿਕਰ ਨਾ ਕਰੀ ਚੱਲ ਮੇਰੀ ਬਸ ਆ ਗਈ ਰੀਤ ਮੈਂ ਤੈਨੂੰ ਬਾਅਦ ਫੋਨ ਕਰਦਾ ਚੰਗਾ ਹਾਂਜੀ ਮੇਰੇ ਤੋਂ ਜ਼ਿਆਦਾ ਹੋਰ ਜ਼ਿਆਦਾ ਨੁਕਸਾਨ ਕਿਹਨੂੰ ਹੋਣਾਗਾ ਤੁਹਾਡਾ ਤੇ ਇੱਕ ਦੋ ਸਾਲ ਦਾ ਨੁਕਸਾਨ ਹੋਣਾ ਨਾ ਮੈਂ ਤਾਂ ਸਾਰੀ ਜ਼ਿੰਦਗੀ ਲਾਈ ਐ ਇਸ ਕਾਲਜ ਤੇ ਲਿਖੇ ਹੁਣ ਮੈਂ ਕੀ ਕਰਾਂ ਅਗਰ ਸਰਕਾਰ ਨੇ ਸਾਡੇ ਕਾਲਜ ਨੂੰ ਡਿਸਕੁਆਲੀਫਾਈ ਕਰਤਾਗਾ ਵੀ ਆਰ ਸੌਰੀ ਅਸੀਂ ਤੁਹਾਡੀ ਹੋਰ ਕੋਈ ਸੇਵਾ ਨਹੀਂ ਕਰ ਸਕਦੇ ਇਹ ਕਿੱਦਾਂ ਹੋ ਸਕਦਾ ਇਹ ਹੋ ਗਿਆ ਹੈ ਸ਼ਾਇਦ ਰੱਬ ਨੂੰ ਇਹੀ ਮਨਜ਼ੂਰ ਸੀ ਸਾਡਾ ਕਰੀਅਰ ਤੁਸੀਂ ਇੰਗਲੈਂਡ ਚੋ ਪੌਂਡ ਦੀ ਨਗਰੀ ਚ ਥੋੜਾ ਬਹੁਤ ਜ਼ੋਰ ਲਾਓਗੇ ਕੋਈ ਨਾ ਕੋਈ ਰਾਹ ਨਿਕਲ ਹੀ ਆਊਗਾ ਤੇ ਸਾਡੀ ਫੀਸ ਮੈਂ ਸਾਰੇ ਪੈਸੇ ਆਪਣੇ ਘਰੇ ਨਹੀਂ ਲੈ ਕੇ ਗਿਆ ਮੈਂ ਵੀ ਅੱਗੇ ਗਵਰਨਮੈਂਟ ਦੇ ਬੰਦਿਆਂ ਨੂੰ ਫੀਸ ਦਿੱਤੀ ਹੈ ਜੇ ਹੁਣ ਉਹਨਾਂ ਨੇ ਕਾਲਜ ਬੰਦ ਕਰਤਾ ਤਾਂ ਮੈਂ ਕੀ ਕਰਾਂ ਨਾਲੇ ਜਿੰਨੂੰ ਫੀਸ ਦੇ ਕੇ ਆਏ ਆ ਨਾ ਉਸੇ ਨਾਲ ਗੱਲ ਕਰੋ ਜਾ ਕੇ ਭਾਈਜਾਨ ਇੱਥੇ ਉਹ ਸ਼ਹਿਰੀ ਕੰਮ ਕਰਦਾ ਨਾ ਉਹਦਾ ਪਤਾ ਕੁਛ ਕਿੱਥੇ ਹੈ ਨਹੀਂ ਪਤਾ ਨਹੀਂ ਆਇਆ ਨਹੀਂ ਆਇਆ ਨਹੀਂ ਸਾਰਾ ਦਿਨ ਨਹੀਂ ਆਇਆ ਅੱਛਾ ਚਲੋ ਥੈਂਕ ਯੂ ਓਕੇ ਠੀਕ ਹਾਂ ਕਾਲਜ ਮੈਂ ਤਾਂ ਕੋਈ ਵੀ ਨਹੀਂ ਵਾ ਤਾਂ ਭੂਤ ਵੀ ਨਹੀਂ ਯਾਰ ਪੁੱਤਾਂ ਨੇ ਪੜ੍ਹ ਲਿਖ ਕੇ ਉੱਥੇ ਪੀਐਚਡੀ ਕਰਨੀ ਆ ਗੱਲਾਂ ਮਾਰਦਾ ਆਈ ਮੀਨ ਟੂ ਸੇ ਵਾ ਸ਼ਟਰ ਡਾਊਨ ਬਿਗ ਲੌਕ ਇੱਥੇ ਵੀ ਨਹੀਂ ਆਇਆ ਯਾਰ ਪਤਾ ਨਹੀਂ ਕਿੱਥੇ ਗਿਆ ਹੋਣਾ ਆਈ ਐਮ ਥਿੰਕਿੰਗ ਦੈਟ ਓਨਲੀ ਪਾਮੀ ਕਾਲ ਹਿਮ ਮੀਆਂ ਕੀ ਹੋ ਗਿਆ ਇਸ ਵੇਲੇ ਹਾਂਜੀ ਭਾਈਜਾਨ ਆਵਾਜ਼ ਕਿੱਥੇ ਗਈ ਤੁਹਾਡੀ ਨਹੀਂ ਨਹੀਂ ਉਹ ਮੇਰੇ ਨਾ ਫੋਨ ਦਾ ਉਹ ਬੈਲੈਂਸ ਖਤਮ ਹੋਇਆ ਰੀਚਾਰਜ ਕਰਾਉਣ ਵਾਲਾ ਤਾਂ ਉਹ ਆਵਾਜ਼ ਤਾਂ ਨਹੀਂ ਆ ਰਹੀ ਹੈ ਹੋਇਆ ਕੀ ਹੈ ਉਹ ਭਾਈਜਾਨ ਆਪਣਾ ਸ਼ਹਿਰੀ ਹੈ ਨਾ ਸ਼ਹਿਰੀ ਕੀ ਹੋਇਆ ਆਪਣੇ ਸ਼ਹਿਰੀ ਨੂੰ ਉਹ ਕਾਫੀ ਟਾਈਮ ਹੋ ਗਿਆ ਜੀ ਉਹ ਘਰ ਨਹੀਂ ਆਇਆ ਸਟੋਰ ਚੈੱਕ ਕੀਤਾ ਉਹ ਭਾਈਜਾਨ ਮੈਂ ਸਟੋਰ ਦੇ ਬਾਹਰ ਹੀ ਖੜਾ ਜੀ ਇੱਥੇ ਹੈ ਨਹੀਂ ਉਹਦੇ ਉਹ ਦੇਖਣਾ ਸੀ ਕਾਲਜ ਦੇਖਣਾ ਸੀ ਉਹਨੂੰ ਯਾਰ ਉਹ ਕਾਲਜ ਦਾ ਤਾਂ ਗਵਰਨਮੈਂਟ ਨੇ ਸ਼ਟਰ ਹੀ ਡਾਊਨ ਕਰਤਾ ਹਮੇਸ਼ਾ ਲਈ ਕੀ ਗੱਲ ਕਰ ਰਿਹਾ ਕਾਲਜ ਦਾ ਸ਼ਟਰ ਸਦਲੀ ਡਾਊਨ ਕਰਤਾ ਗਵਰਨਮੈਂਟ ਨੇ ਹਾਂਜੀ ਉਹ ਕਿਉਂ ਭਾਈਜਾਨ ਮੈਂ ਕਿਹੜਾ ਉੱਥੇ ਮੁਲਾਜ਼ਮ ਹੈ ਜਿਹੜਾ ਮੈਨੂੰ ਪਤਾ ਹੋਏਗਾ ਫਿਰ ਯਾਰ ਉਹ ਆਪਣਾ ਸ਼ਹਿਰੀ ਗਿਆ ਕਿੱਥੇ ਉਹ ਹੱਦ ਹੋ ਗਈ ਯਾਰ ਜਿਹੜੀ ਗੱਲ ਮੈਂ ਪੁੱਛਣ ਲਈ ਤੁਹਾਨੂੰ ਫੋਨ ਕੀਤਾ ਤੁਸੀਂ ਮੇਰੇ ਤੋਂ ਪੁੱਛੀ ਜਾਂਦੇ ਹੋ ਹੈ ਤਾਂ ਵੈਸੇ ਬੇਵਕੂਫੀ ਵਾਲੀ ਗੱਲ ਕਰ ਰਿਹਾ ਮੈਂ ਤੁਸੀਂ ਆ ਸਕਦੇ ਹੋ ਪੁਲਿਸ ਕੋਲ ਜਾਣਾ ਪੈਣਾ ਅਸੀਂ ਜਾ ਨਹੀਂ ਸਕਦੇ ਅਸੀਂ ਕੱਚੇ ਹਾਂ ਤੁਸੀਂ ਪੱਕੇ ਹੋ ਚੱਲ ਇੱਦਾਂ ਕਰੋ ਤੁਸੀਂ ਨਾ ਦੋਵੇਂ ਮੇਰੇ ਘਰ ਦੇ ਥੱਲੇ ਆਓ ਮੈਂ ਘਰ ਦੇ ਥੱਲੇ ਮਿਲਦਾ ਤੁਹਾਨੂੰ ਠੀਕ ਹੈ ਓਕੇ ਓਕੇ How are you? Who were you talking to? Right now? On the phone? You know, some customer. They want coffins now. Yeah. You see, somebody died this time. That's so strange, isn't it? I'll come with you. You wanna see dead body this time? Oh, yes. ਭਾਜੀ ਇਹ ਕੀ ਕਰ ਰਹੇ ਹੋ ਤੁਸੀਂ ਅਸੀਂ ਤਾਂ ਪੁਲਿਸ ਸਟੇਸ਼ਨ ਜਾਣਾ ਹੈ ਨਾ ਯੇ ਆਪ ਸ਼ਾਪ ਕਿਉਂ ਓਪਨ ਕਰਤਾ ਜੀ ਐਸੇ ਟਾਈਮ ਪਰ ਯਾਰ ਤੁਹਾਨੂੰ ਕਾਫਨ ਚਾਹੀਦਾ ਫਿਰ ਦੁਕਾਨ ਤੇ ਖੋਲਣੀ ਪਏਗੀ ਨਾ ਕਾਫਨ ਉਹ ਐਸੀ ਕਿਹੜੀ ਕਿਆਮਤ ਆ ਗਈ ਸਾਡੇ ਤੇ ਅਸੀਂ ਕੀ ਕਰਨਾ ਤਬੂਤ ਦਾ
You got some news about Sherry? कहीं उसने suicide attempt तो नहीं किया? लख लानत है तेरे, खुदा दा रहम कर, कुछ भी बोली है ना? I thought अब चलो भाई चलो। ओ यार शॉप तो खोलनी पड़ेगी ना। शॉप? लो जी, इधर करो तबूत पसंद करो बस उसी फटाफट है ना? And no discounts. These are not even working hours. How rude, Margaret. और मुर्दा कड़ी में क्यों थोड़ा मरता है? This is not fair. नहीं पाजी, डिस्काउंट तो देना पड़ना जी, अभी तो 50 की सब्जी भी ले जाइए तो अगला धनिया मिर्च फ्री देता है। नो डिस्काउंट सर, एक्चुअली डील कर लेने हैं। ओके, यू बाय वन एंड गेट वन फ्री। यस यस यस, यू सी आज एक मेरा, कल दूसरा मरेगा, परसों तीसरा मरेगा, ये जो डिस्काउंट एंड गट पक्का कर लो। इनका रिश्तेदार मरेगा, हमारा रिश्तेदार मरेगा, शेरी का शेरी तो मिल ही नहीं रहा। व्हाट आर दे टॉकिंग अबाउट? They are again asking for a discount, you know. No discounts, Madiak. Madiak? Pabbi nu Punjabi aandi hai? Punjabi de kai vari badi zor di aa jandi hai nu, dawaiyan de de ke rokni pendi Punjabi di. Yeah, Pammi bhai. Haan. Ye tum kya coffin ka game karta ji? Ye tumhare coffin ko dekh ke mere ko mera nana ji ka dead body remind hua. You see, he was a very big communist of Kerala. Very big. He had a full street on his name. He died because he was a farmer. Didn't leave his small village all his life. And if he would have been alive today to see that his grandson Chokalingam has left the country, he would have died again. Chup kar yaar, kuch dimag bhi chalan denge, apni angrezi di firing kar kar ke marega mainu. Okay, eh ohna bolda ni jinna thukka paanda na muh te, bhai god yaar mainu dass vi de kidhar jana apan. Bhai police station chalde hain. Us to pehla red kaun hai ikri check kar liye. Yeah, this coffin. I mean, no one will steal it, right? यह मेरा टी-शर्ट है। और टी-शर्ट नहीं लांतिया ते आनल देख, टी-शर्ट चे शेरी भी है। ये बाबे इतने कितना तू नहीं लाई बैठे आज? या शेरी भाई, या शेरी इतने की कर रहे हैं यार? मछियां फाड़ता भी, देशदानी दारू पींदा भी। यार जी दारू पीनी से कटोकट कर सानू इतलात कर दें दा सी, हमें टेंशन ले रहे से। चल पी मगा होना चलिए। Amen. Don't stare, only dare. एक बार में from here to there and then टॉप गेम। अल्लाह वास्ते अपनी शायरी बंद कर यार। तो शायरी चल पी या ना पी, पर कोई गलत कर यार। तो कॉलेज ही बंद होया, कोई जिंदगी तो नहीं मुकी। भाई जान घर जाना, तुम्हारी भाभी ना नजरा बिछा के ते नौंदरा तिखियां करके मेरा इंतजार कर रही, मरवाना गरीब बंदा। मकाए नु यार नहीं पीनी। आ चलिए यार, आज दा दिन ही बड़ा मनुसा। पहला कॉलेज गया, कॉलेज नु ताड़ा लग गया होया सी, स्टोर जाने का दिल नहीं किया, फिर रस्ते सारा कोई समान खो के ले गए। समझ नहीं आ रहा सी की करा की ना करा, जे इत्थे कुछ ना होया तो उत्थे रीत दा व्याह हो जाना। मन च आया की फायदा जिंदगी का, मैं इत्थे आ गया, सुसाइड करन लग्या सी यार, तुसी ओ भी नहीं करन दिंदे। की मतलब? इहदे च जहर सीगा यार। ओए तेरा बेड़ा गर्क हो जा, मैनूं दस्सिया क्यों नहीं? पागल हो गया, तेरी भाभी का की बनेगा मेरे मगरों यार? की बनेगा मेरे मैं बच्चिया का, जेडे अजे तक मैं जमे नहीं, उन्होंने कौन जमेगा यार? उन्होंने तो भाजी तुम मिल भी नहीं पाओगे, वो घट्टो घट यार तो गले ला लो। और कुछ नहीं सीगा तुम्हारी ड्रिंक च, एवं मखौल कर रहा है। Are you sure? चंगी गल है शेरी, जिस हालत भी तेरा ह्यूमर इंटैक्ट है ना, तेरा फ्यूचर एकदम करेक्ट। Yeah, now you are doing my kind of poetry, I don't do that. तो अड्डे वर्गे यार ने ताही मैं जोंदा, पर कुछ ना कुछ तो करना ही पड़ा यार। कुछ ना कुछ क्यों भाई, सारा कुछ करेंगे, बैठे हैं ना, चिंता नहीं करनी। फ्लाइट तो आई नहीं हजे तक। तेनू पक्का यकीन है उन्हें अज ही आना सी? लो तुसी मेनू कमली समझदे हो? फिर आया तो है नहीं हले तक। सबर करो, आ ही जाऊगा।
अच्छा भाई गल सुन, आज तो नहीं पेंचर हो गया होना उधर हाथ है तो अड्डा तो मुखौल ही नहीं मुकदा ढोल वाले भाई चंगी तरह बजाई साडा जवाई आने वाला है भैन जी ढोल वाली फिक्र ना करो ढोल वाले तो मैं वट कर दू पर फ्लाइट आई नहीं लगता लेट होगी ना तू इत्थे डीसी लग्या होया जेड़े इस फ्लाइट ते चढ़ के तू वापस यूके जाना है चुपचाप खड़ा रहे ओए हेलो जी हेलो उरे उरे आजो बेटा आजो जी आए नु आजो आजो पा मेनू दियो हेलो बेटा हेलो वेलकम टू पंजाब वेलकम वेलकम ओह नॉट अगेन हेलो जी आई नो दे दियो आओ जी जी बेटा बैजो जी बैजो एक मिनट जी एक मिनट मैनू भी बह जान दियो अपने माड़ा जा वो इधर चादरा फस गया होर पाजी राज कोई तकलीफ तो नहीं हुई होर सुनावा कुछ हीर रांझा मजनू वगैरा है सुन लो बहुत सोहना गाना जी मैं थोनू अपनी क्या तारीफ करके दसा बहुत प्रोग्राम लाया पर कामयाब साला एक अद्धा ही हुंदा है चलो कोई गल नहीं तुसी दसो की सुनना पसंद करोगे दिन तक दा चलो चलो हाँ चलो जी की हाल है तेरा शेरी की हाल होना तेरे बगैर ते फिर आ जा ना मुड़ के कदी कहनी है जा जा कुछ बन के दिखा कदी कहनी है मुड़ के आ जा जो तो दिमाग दी सुन दिया ते मैनू लगता है मेरा शेरी भी कुछ बन जावे ते मेरा भी सिर उच्चा हो जावे पर जो तो दिल दी सुन दिया ना शेरी तेरे बगैर रहा नहीं जांदा मेरा भी यही हाल है रीत शेरी शेरी इत्थे आ गया है कौन आ गया ओ जेड़ा एनआरआई मुंडा मेरी मम्मी ने लभिया सी ना मेरे ब्याह वास्ते ओ आज इंडिया पहुंच गया है पर तू मेनू जुबान दे रखी है रीत मैं तेनू जुबान नहीं मैं तो तेनू दिल दे रखया है शेरी इस करके तो तेनू कॉल कर रही हां कुछ कर शेरी बहुता टाइम नहीं रह गया साडे कोल तू छेती छेती उत्थे सेटल हो ते मेनू इत्थों ले जा आई लव यू शेरी लोगे हजूर बुखार पाई जानू मैं जिमें बुला लड़की को गौर से देखता है कि वो मार्गरेट बाबी को बताएगा और तुमको पत्थर उठा के मारेगी फिर मार्गरेट इधर डांस ना करे ये नु मैं देखा ना मैं तो रह गया कि नहीं दुनिया असला अरे टेंशन नहीं हो जो सारा कुछ सेट दुनिया अस्सलाम वालेकुम सलाम भाई यार हेलो जी सत श्री अकाल वीर जी सत श्री अकाल एक काम छोड़ देता है मैं उन्हों की नजर है मेरे थे भाईजान काम छाड़ देता है पर राहत दिखाई सकते हो ना अच्छा बड़ी प्रॉब्लम चाहिए जे तो अनु दुआमा देगा गल दुआमा ते दवा तो बहुत अग्गे पहुंच चुकी है वकार साहब गल इश्क दी है तुसी भी कदे इश्क कीता होना कुछ दिन पहला एक कुड़ी आई सी मेरा पुत्र नाराज है मेरे तो तुसी दसो नाराज ना होवा ते की करा पहले ही कट प्रॉब्लम सी
ਉੱਤੇ ਪਤਾ ਨਹੀਂ ਜੌਨਸਨ ਕਿੱਥੋਂ ਆ ਗਿਆ। ਅੱਛਾ ਹੈ ਦੱਸ, ਸ਼ੈਰੀ ਤੇ ਤੈਨੂੰ ਭਰੋਸਾ ਹੈ ਕਿ ਨਹੀਂ? ਖੁਦ ਤੋਂ ਵੀ ਜ਼ਿਆਦਾ। ਤੈਨੂੰ ਪਤਾ ਹੈ ਸ਼ੈਰੀ ਮੈਨੂੰ ਇੰਨਾ ਚੰਗਾ ਕਿਉਂ ਲੱਗਦਾ ਹੈ? ਕਿਉਂਕਿ ਮੈਨੂੰ ਸ਼ੈਰੀ ਦੇ ਵਿੱਚ ਆਪਣਾ ਆਪ ਦਿਖਦਾ ਹੈ। ਕਿਸੇ ਵੇਲੇ ਮੇਰੇ ਅੰਦਰ ਵੀ ਇਹੋ ਜਿਹਾ ਜਜ਼ਬਾ ਸੀ ਕੁਝ ਕਰ ਦਿਖਾਉਣ ਦਾ, ਪਰ ਸ਼ਾਇਦ ਮੈਨੂੰ ਉਹ ਸੱਟ ਨਹੀਂ ਸੀ ਵੱਜੀ ਜੋ ਹੁਣ ਸ਼ੈਰੀ ਨੂੰ ਵੱਜੀ ਹੈ। ਕਈ ਵਾਰ ਲੰਬੀ ਛਾਲ ਮਾਰਨ ਲਈ ਬੰਦੇ ਨੂੰ ਜ਼ਿੰਦਗੀ ਦੇ ਧੱਕੇ ਦੀ ਲੋੜ ਪੈਂਦੀ ਹੈ। ਇਸ ਲਈ ਜੋ ਇਹ ਸਮਾਂ ਹੈ ਨਾ, ਹੱਸ ਕੇ ਗੁਜ਼ਾਰਦੇ, ਕਿਉਂਕਿ ਬਾਅਦ ਚ ਤਾਂ ਤੂੰ ਰੋਣਾ ਹੀ ਰੋਣਾ। ਨਹੀਂ ਨਹੀਂ, ਸੋਰੀ ਸੋਰੀ ਸੋਰੀ, ਤੂੰ ਕੀ ਰੋਣਾ ਹੈ? ਰੋਵਾਂਗੇ ਤਾਂ ਅਸੀਂ ਤੇਰੀ ਟੋਲੀ ਤੁਰੰਤ ਬਾਅਦ। You are a girl. Your business. Of course you do. Look at you. Thank you for what? We are looking for Mandira Bali. Who can I get you? Mandira Bali. Yeah. Miss Mandira Bali. You're not going to serve me then, love. ਕਿੱਥੇ? ਆਲ ਰਾਈਟ ਜੀ, ਇੰਗਲੈਂਡ ਨੇ ਗਿੱਚੀ ਫੜ ਲਈ ਹੈ ਮੇਰੀ। ਜੇ ਤੁਸੀਂ ਹੈਲਪ ਨਾ ਕੀਤੀ, ਮੇਰਾ ਕੰਟਰੈਕਟ ਤਾਂ ਸਮਝੋ ਪੰਮੀ ਬਾਜੀ ਨੂੰ ਮਿਲ ਜਾਣਾ ਜੀ। ਉਹਨਾਂ ਦਾ ਕਾਫਨ ਬਣਾਉਣ ਦਾ ਬਿਜ਼ਨਸ ਹੈ ਨਾ ਜੀ। ਜਸਟ ਅ ਬੀਟ ਪਲੀਜ਼ ਲਵ। ਤੁਹਾਨੂੰ ਕਿੱਥੇ ਦੇਖਿਆ ਹੈ ਮੈਂ? ਕੋਈ ਪੁਰਾਣੇ ਜਨਮ ਦਾ ਰਿਸ਼ਤਾ ਹੋਣਾ ਜੀ, ਜਿਹੜਾ ਇਸ ਜਨਮ। ਯੂ ਡੋਨਟ ਹੈਵ ਕਨਵਰਸੇਸ਼ਨ, ਯੂ ਗੈਟ ਬੀਅਰ। ਜਸਟ ਅ ਬੀਟ ਪਲੀਜ਼ ਲਵ। ਗੱਲ ਕਰ ਲੈਣ ਦੇ ਯਾਰ, ਜਿਹੜਾ ਇਸ ਜਨਮ ਚ ਨਿਭਾਉਣਾ ਪੈਣਾ ਜੀ। ਹਾਂ, ਹੁਣ ਮੈਨੂੰ ਯਾਦ ਆਇਆ, ਤੁਸੀਂ ਤਾਂ ਵਿਆਹ ਚ ਗੋਲ ਕੱਪੇ ਖਿਲਾਰੇ ਸੀ। ਦੱਸੋ ਵਿਆਹ ਕਰਾਉਣਾ ਜੀ? ਵਾਟ? ਮੇਰਾ ਮਤਲਬ ਵਕਾਰ ਭਾਜੀ ਨੇ ਭੇਜਿਆ ਜੀ। We have registered the date and you'll be married in a month's time. Yeah, thank you. Congratulations. ਚੰਗਾ ਜੀ, ਫਿਰ ਇੱਕ ਮਹੀਨੇ ਬਾਅਦ ਮਿਲਦੇ ਹਾਂ ਜੀ। ਕਿੱਧਰ ਚੰਗਾ ਜੀ ਤੇ ਕਿੱਧਰ ਮਿਲਦੇ ਹਾਂ ਭਾਈ ਸਾਹਿਬ? ਤੁਸੀਂ ਹੁਣ ਮੈਂਡੀ ਨਾਲ ਹੀ ਰਹਿਣਾ ਕਰਨਾ। ਮੈਂਡੀ ਨਾਲ? ਹਾਂਜੀ, ਕਿਉਂਕਿ ਰਜਿਸਟਰ ਆਫਿਸ ਨੇ ਖਬਰ ਦੇ ਦੇਣੀ ਹੈ ਪੁਲਿਸ ਵਾਲਿਆਂ ਨੂੰ ਕਿ ਤੁਹਾਡਾ ਆਪਸ ਵਿੱਚ ਵਿਆਹ ਹੋ ਗਿਆ, ਤੇ ਉਹਨਾਂ ਨੇ ਤੁਹਾਡੇ ਤੇ ਚੈੱਕ ਵੀ ਰੱਖਣੀ ਹੈ ਕਿਉਂਕਿ ਸ਼ੀ ਇਜ਼ ਪੱਕੀ, ਯੂ ਆਰ ਕੱਚਾ। ਪੁਲਿਸ ਨੇ ਤੇਰੇ ਉੱਤੇ ਨਜ਼ਰ ਰੱਖਣੀ ਹੈ ਕਿ ਤੂੰ ਵਾਕਈ ਇਹਦੇ ਨਾਲ ਰਹਿ ਰਿਹਾ ਵਿਆਹ ਤੋਂ ਬਾਅਦ, ਕਿ ਸਿਰਫ ਇੱਥੇ ਰਹਿਣ ਦਾ ਹੀ ਜੁਗਾੜ ਕੀਤਾ, ਪੱਕੇ ਹੁੰਦੇ ਜੁਗਾੜ ਕੀਤਾ। ਜੇ ਤੂੰ ਸਾਡੇ ਨਾਲ ਰਹਿੰਦਾ ਫੜਿਆ ਗਿਆ ਨਾ ਭਾਈ ਸਾਹਿਬ, ਪੁਲਿਸ ਵਾਲਿਆਂ ਨੇ ਥੋੜੀ ਦੇਰ ਲਈ ਅੰਦਰ ਕਰਨਾ, ਫਿਰ ਪੱਕੇ ਹੀ ਬਾਹਰ ਕਰ ਦੇਣਾ। ਬਸ ਪਿੰਡ ਜਾਓ, ਮੱਝਾਂ ਨੂੰ ਪੱਠੇ ਪਾਓ। ਮੈਨੂੰ ਕੋਈ ਪ੍ਰੋਬਲਮ ਨਹੀਂ। ਜੌਨਸਨ ਪੁੱਤਰ, ਇੱਥੇ ਜੇ ਕੁੜੀ ਟਾਈਮ ਨਾਲ ਘਰ ਨਾ ਪਹੁੰਚੇ ਨਾ ਤਾਂ ਸਾਰੇ ਮੁਹੱਲੇ ਨੂੰ ਹੀ ਫਿਕਰ ਹੋ ਜਾਂਦੀ ਹੈ। ਲਓ ਰੱਖ ਦਿਓ ਉੱਥੇ। ਮੈਂ ਸੁਣਿਆ ਉੱਥੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਹੈ। ਕ੍ਰਾਈਮ ਤਾਂ ਯੂ ਨੋ ਸਭ ਜਗ੍ਹਾ ਹੀ ਹੁੰਦਾ ਆਂਟੀ ਜੀ, ਪਰ ਉੱਥੇ ਦਾ ਸਿਸਟਮ ਬਹੁਤ ਟਾਈਟ ਹੈ। ਓਹ, ਐਦਾਂ ਕੋਈ ਕਿਸੇ ਨੂੰ ਤੰਗ ਨਹੀਂ ਕਰਦਾ। ਰੀਤ ਨੂੰ ਨਾ ਬਾਹਰ ਘੁੰਮਣ ਦਾ ਬੜਾ ਹੀ ਸ਼ੌਕ ਹੈ, ਘਰੇ ਤਾਂ ਉਹਦਾ ਜੀ ਨਹੀਂ ਲੱਗਦਾ। ਉੱਥੇ ਆਪਣੇ ਆਪ ਲੱਗ ਜਾਣਾ ਉਹਦਾ ਜੀ। ਬੇਟਾ ਜੀ, ਤੁਸੀਂ ਉੱਥੇ ਹੋਵੋਗੇ ਤਾਂ ਉਹਦਾ ਜੀ ਤਾਂ ਲੱਗਣਾ ਹੀ ਹੈ। ਨਹੀਂ ਆਂਟੀ ਜੀ, ਮੈਂ ਤਾਂ ਕੰਮ ਤੇ ਜਾਊਂਗਾ, ਪਰ ਉੱਥੇ ਘਰ ਦੇ ਕੰਮ ਹੀ ਬਥੇਰੇ ਹੁੰਦੇ ਨੇ ਬਿਜ਼ੀ ਰਹਿਣ ਵਾਸਤੇ, ਤੇ ਉੱਥੇ ਯੂ ਨੋ ਮੇਡ ਅਫੋਰਡ ਕਰਨਾ ਇੰਨਾ ਸੌਖਾ ਨਹੀਂ ਹੁੰਦਾ। ਸਾਰੇ ਕੰਮ ਆਪੇ ਹੀ ਕਰਨੇ ਪੈਂਦੇ ਆ। ਰੀਤ, ਬੇਟਾ ਜੌਨਸਨ ਨੂੰ ਪੰਜਾਬ ਤਾਂ ਦਿਖਾ। ਮੈਂ ਗਰੁੱਪ ਸਟੱਡੀਜ਼ ਲਈ ਚੱਲੀ ਹਾਂ।
ओहो छड़ो ग्रुप स्टडीज नू हुन जरा अपने फ्यूचर ते फोकस करो जाओ जाओ छेती जाओ शेरी ओए तू उदन बेबे वास्ते मटर पनीर बनाया सी ना पूछ की पाया सी मैं क्या सी ना तू मेरे हाथ से मटर पनीर कदे भी नहीं भूलेगा की पाया सी मटर ते पनीर ओए मटर पनीर च मटर पनीर ता होण गई मसाले केड़े पाए सी लून तेल मिर्च हल्दी होर की ओ तेनु मसालियां दी की लोड़ पैगी अच्छे मेनू आप बनानी पेंदी है रीत रोटी सब्जी अच्छे कोई मेरी बेबे बैठी है बेबे क्यों रोटी ते वोटी भी बना सकदी है वोटी होर की वोटी कितों आ गई इत्थे अच्छा क्यों फोन कीता है बस तेरे हाथां दा स्वाद याद आ रहा रीत ओ छेती दस यार की पाया सी जेड़ा काबुल तो आंदा दस ते मैं देंगी पर मैनू पता नहीं उत्थे मिलूगा भी कि नहीं ओ इत्थे सारे मसाले मिलदे आ रीत जी ते फिर सुन इंज दसांगी तू कदे भी नहीं भुलेगा ओ छेती दस छेती मैं सुपरमार्केट च खड़ा गधे दे सिर ते नहीं हुंदे सिंग ते ओनू भले लोग कहंदे ने हिंग ओ हां हिंग पर तू मेनू मसाले दा ना दस थैंक यू कहा के वावा करा है तू जो भी करना है ना छेती कर एथे दिन बे दिन मेरे ते बोझ बढ़ रहे है आई समझ चल बात कर दा तुसी शायद ऐ लभदे हो हां जी पर तानू किवें पता लग्या I'm sorry, मैं थोड़ी conversation over here कल दी सी। Hing, right? Thank you. Indian. हाँ जी। की कर दे हो? तुसी की लेना पता करके? खाना लादा जी खाना खेवे लगा जी मटर पनीर मैं हींग भी पाई है की होया जी इन्ना खराब है ਇੰਨਾ ਖਰਾਬ ਤਾਂ ਨਹੀਂ ਹੈ ਜੀ ਤੁਸੀਂ ਨਹੀਂ ਖਾਣਾ ਨਾ ਖਾਓ ਇਹ ਚ ਰੋਣ ਵਾਲੀ ਕਿਹੜੀ ਗੱਲ ਹੈ ਜੀ ਇਹ ਤਾਂ ਬਹੁਤ ਸਵਾਦ ਹੈ ਤੇ ਫਿਰ ਰੋਈ ਕਿਉਂ ਜਾਂਦੇ ਹੋ ਜੀ ਬਹੁਤ ਦਿਨਾਂ ਬਾਅਦ ਘਰ ਦਾ ਸਵਾਦ ਆਇਆ ਹੈ ਇਹ ਚ ਰੋਣ ਵਾਲੀ ਕਿਹੜੀ ਗੱਲ ਮੈਂ ਤਾਂ ਰੋਜ਼ ਬਣਾ ਦੂੰਗਾ ਜੀ ਰੈਸਪੀਆਂ ਪੁੱਛ ਪੁੱਛ ਕੇ ਮੇਰੀ ਰੀਤ ਨੂੰ ਤਾਂ ਪਿੱਜ਼ੇ ਪਾਸਤੇ ਵੀ ਬਣਾਉਣੇ ਆਉਂਦੇ ਆ ਇਹ ਰੀਤ ਕੌਣ ਹੈ ਤੁਹਾਨੂੰ ਦੱਸਿਆ ਤਾਂ ਸੀ ਜੀ ਮੇਰੀ ਮੰਗੇਤਰ ਮੰਗੇਤਰ ਹਾਏ ਤੇਰੇ ਤਾਂ ਮੰਗੇਤਰ ਵੀ ਹੈ ਨਾ ਮੇਰੇ ਤਾਂ ਕੋਈ ਵੀ ਨਹੀਂ ਹੈ ਕੋਈ ਵੀ ਕਿਵੇਂ ਨਹੀਂ ਹੈ ਜੀ ਮੈਂ ਤਾਂ ਸਾਹਮਣੇ ਬੈਠਾ ਤੁਹਾਡੇ ਤੂੰ ਕਿਹੜਾ ਹਮੇਸ਼ਾ ਬੈਠੀ ਰਹਿਣਾ ਹੈ ਤੇ ਤੂੰ ਵੀ ਛੱਡ ਦੇਗਾ ਸਾਰਿਆਂ ਨੇ ਛੱਡਦਾ ਮੈਨੂੰ ਸਾਰਿਆਂ ਨੇ ਛੱਡਦਾ ਮੈਨੂੰ ਹੁਣ ਕਿਹਨੇ ਛੱਡਤਾ ਜੀ ਤੁਹਾਨੂੰ ਸਾਰਿਆਂ ਨੇ ਛੱਡਦਾ ਮੈਨੂੰ
ਮੇਰੀ ਰੂਮ 'ਚ ਕੀ ਕਰ ਰਿਹਾ? ਉਹ ਮੈਂ ਕਾਫੀ ਲੈ ਕੇ ਆਇਆ ਸੀ ਜੀ। ਕਾਫੀ ਉੱਥੇ ਰੱਖ ਦੇ। ਗੁੱਡ ਫੋਰ ਹੈਂਗਓਵਰ ਜੀ, ਇਹ ਮੇਰੇ ਗੁਰੂ ਜੀ ਦੱਸਦੇ ਨੇ। ਤੁਸੀਂ ਰਾਤੀ ਨਸ਼ੇ 'ਚ ਕੀ ਬੋਲ ਰਹੇ ਸੀ ਜੀ? ਸਾਰੇ ਮੈਨੂੰ ਛੱਡ ਗਏ, ਤੂੰ ਵੀ ਮੈਨੂੰ ਛੱਡ ਦੇਗਾ, ਮੈਨੂੰ ਕੁਝ ਸਮਝ ਨਹੀਂ ਲੱਗਾ ਜੀ। ਐਕਸਕਿਊਜ਼ ਮੀ, ਜ਼ਿਆਦਾ ਸਮਝਣ ਸਮਝਾਉਣ ਦੀ ਲੋੜ ਵੀ ਨਹੀਂ ਹੈਗੀ। ਦੈਟਸ ਨਨ ਆਫ ਯੋਰ ਬਿਜ਼ਨਸ, ਓਕੇ? ਮੈਂ ਤਾਂ ਐਵੇਂ ਪੁੱਛ ਰਿਹਾ ਸੀ ਜੀ। ਇਹ ਇੱਥੇ ਵੀ ਕੌਣ ਹੋ ਤੁਸੀਂ? ਕੀ ਚਾਹੀਦਾ ਤੁਹਾਨੂੰ? ਹੈ ਓਏ ਛੋੜ ਮੈਨੂੰ, ਕਿਉਂ ਸਾਡਾ ਪਿੱਛਾ ਕਰ ਰਹੇ ਹੋ ਦੱਸੋ? ਮੈਂ ਕਿਹਾ ਪਰੇ ਹਟ ਹਟ ਸ਼ੇਰੀ ਛੱਡ ਪਰੇ ਛੱਡ ਦੇ ਇਹਨਾਂ ਨੂੰ। ਤੁਹਾਨੂੰ ਪਤਾ ਨਹੀਂ ਹੈ ਮੈਂਡੀ, ਇਹ ਬੰਦਾ ਕੱਲ ਦਾ ਮੇਰੇ ਪਿੱਛੇ ਲੱਗਿਆ ਹੋਇਆ। ਮੈਂ ਕਹਿ ਰਿਹਾ ਛੱਡ ਦੇ ਇਹਨਾਂ ਨੂੰ, ਮੈਂ ਕਹਿ ਰਿਹਾ ਛੱਡ ਦੇ ਇਹਨਾਂ ਨੂੰ। ਇਟਸ ਮਾਈ ਫਾਦਰ। ਹਾਂ ਘੁੰਮ ਰਿਹਾ ਸੀ ਕਿਉਂਕਿ ਮਨ ਕੋ ਰਿਹਾ ਤਾਂ ਹੁਣ ਅਚਾਨਕ ਆਪਣੀ ਬੇਟੀ ਨੂੰ ਵੇਖ ਕੇ ਤੁਹਾਡੇ ਇੰਡੀਅਨ ਸੰਸਕਾਰ ਯਾਦ ਆ ਗਏ? ਯੂ ਇੰਡੀਅਨ ਮੈਨ ਆਲ ਹੈਵ ਡਬਲ ਸਟੈਂਡਰਡਸ। ਤੂੰ ਕਿੱਥੇ ਚੱਲੀ ਆ? ਅੱਜ ਤੈਨੂੰ ਇਹ ਫੈਸਲਾ ਕਰਨਾ ਪਊਗਾ। ਇਹ ਸ਼ਰਾਬ ਪੀਣੀ ਛੱਡ ਦੇ, ਨਹੀਂ ਤੇ ਇਹ ਘੜੀ ਛੱਡ ਦੇ। ਉਹਨੇ ਘਰ ਛੱਡ ਦਿੱਤਾ। ਹਾਂ, ਮੈਂ ਉਹਨੂੰ ਘਰੋਂ ਤਾਂ ਕੱਢ ਦਿੱਤਾ ਪਰ ਦਿਲ ਤੋਂ ਕਦੀ ਨਹੀਂ ਕਰ ਸਕਿਆ। ਖੁਸ਼ੀ ਆਈ ਤੈਨੂੰ ਮਿਲ ਕੇ, ਮੇਰੇ ਦਿਲ ਨੂੰ ਹੌਂਸਲਾ ਮਿਲਿਆ। ਤੂੰ ਤਾਂ ਆਪਣਾ ਬੰਦਾ ਆ, ਆਪਣਾ ਮੁੰਡਾ। ਇੱਥੇ ਤਾਂ ਖੜਾ ਸੀ, ਹੁਣ ਕਿੱਥੇ ਗਿਆ? ਕੀ ਕਰ ਰਹੇ ਹੋ? ਦਿਲਵਾਲੇ ਦੁਲਹਨੀਆ ਲੈ ਜਾਏਂਗੇ, ਯਾਦ ਆ ਗਈ? 10 ਵਾਰੀ ਵੇਖੀਏ ਸਿਨੇਮਾ ਹਾਲ 'ਚ, 15 ਵਾਰੀ VCR ਤੇ। ਕੋਈ ਡਾਇਲੋਗ ਹੀ ਬੋਲ ਕੇ ਸੁਣਾ ਦਿਓ ਫਿਰ। ਬੜੇ ਬੜੇ ਮੁਲਕਾਂ ਵਿੱਚ ਇਹ ਛੋਟੀਆਂ ਛੋਟੀਆਂ ਗੱਲਾਂ ਤੇ ਹੁੰਦੀਆਂ ਰਹਿੰਦੀਆਂ ਨੇ। ਸੈਨੀਓਰੀਟਾ ਰੀਤਾ ਨਹੀਂ, ਮੇਰਾ ਨਾਮ ਰੀਤ ਹੈ। ਉਹ ਮੇਰੇ ਕਹਿਣ ਦਾ ਮਤਲਬ ਉਹੀ ਸੀ ਰੀਤ। ਤੁਸੀਂ ਉੱਥੋਂ ਭੱਜ ਕੇ ਆਓ ਕਜੋਲ ਕਜੋਲ ਬਣ ਕੇ, ਤੇ ਮੈਂ ਇੱਥੋਂ ਆਉਂਦਾ ਸ਼ਾਹਰੁਖ ਬਣ ਕੇ। ਇੱਥੇ ਖੇਤਾਂ ਵਿੱਚ ਆਵਾ? ਅੱਛਾ ਜੀ, ਆਓ ਫਿਰ। ਸੋਰੀ, ਇੰਨੇ ਵੱਡੇ ਵੱਡੇ ਸ਼ਹਿਰਾਂ 'ਚ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। Mandira Walia? You can call me Mandy. Mandy, how long have you known Yuvraj Singh Sidhu? What? Puch rahe ne ji, Yuvraj Singh Sidhu urf Sherry nu kadon to jaande ho? Oh, right. Ugh, why does it matter? Meaning? Puch rahi hai ji, ki farak penda? Don't answer unless the question is directed to you. Aise bande naal vyah karan da khyal kin jaya? Jo hune England aaya hai, ਤੇ ਉਹ ਹਲੇ ਤੱਕ ਇੰਗਲੈਂਡ ਦਾ ਸਿਟੀਜ਼ਨ ਵੀ ਨਹੀਂ ਬਣਿਆ। ਆਫੀਸਰ, ਹੈਵ ਯੂ ਐਵਰ ਬੀਨ ਇਨ ਲਵ? ਵਾਟ ਪੁੱਛ ਰਹੀ ਹੈ ਜੀ, ਕਦੇ ਤੁਸੀਂ ਇਸ਼ਕ ਕੀਤਾ ਹੈ, ਪਿਆਰ ਮੁਹੱਬਤ? ਪਲੀਜ਼ ਡੋਨਟ ਆਨਸਰ ਅਨਲੈਸ ਆਸਕਡ। ਮੈਂ ਤੇ ਜੀ, ਇੱਕ ਮਿੰਟ, ਮੈਂ ਆਇਆ ਹਾਂ ਜੀ। ਆ ਦੇਖੋ ਜੀ ਕੌਣ ਆਏ ਨੇ। ਇਹ ਕੌਣ ਨੇ? ਇਹ ਮੈਂਡੀ ਦੇ ਫਾਦਰ ਨੇ ਜੀ। ਇਹਨਾਂ ਕਰਕੇ ਸਾਨੂੰ ਏਦਾਂ ਲੁਕ ਛੁਪ ਕੇ ਵਿਆਹ ਕਰਾਉਣ ਦੀ ਲੋੜ ਪੈ ਰਹੀ ਹੈ, ਕਿਉਂਕਿ ਇਹਨਾਂ ਨੂੰ ਵੀ ਮੈਂ ਪਸੰਦ ਨਹੀਂ ਆ।
ਇਹ ਵੀ ਉਹੀ ਸਾਰੇ ਸਵਾਲ ਪੁੱਛ ਰਹੇ ਨੇ ਜੋ ਤੁਸੀਂ ਪੁੱਛ ਰਹੇ ਹੋ। ਮੁੰਡਾ ਹੁਣ ਤਾਂ ਇੰਗਲੈਂਡ ਆਇਆ, ਇਹ ਤਾਂ ਹਜੇ ਪੱਕਾ ਵੀ ਨਹੀਂ ਹੈ। ਤੂੰ ਇਹਦੇ ਨਾਲ ਵਿਆਹ ਕਰਾਉਣ ਚੱਲੀ ਹੈ? ਯਾਰ ਤੁਸੀਂ ਸਾਰੇ ਪਤਾ ਨਹੀਂ ਯਾਰ ਕਿਹੜੀ ਦੁਨੀਆ ਤੋਂ। ਜਿਨ੍ਹਾਂ ਨੂੰ ਪਿਆਰ ਇਸ਼ਕ ਮੁਹੱਬਤ ਵਿੱਚ ਯਕੀਨ ਹੀ ਨਹੀਂ ਹੈ, ਉਹ ਸਾਡੇ ਸੋਚਣ ਨਾਲ ਕੁਝ ਨਹੀਂ ਹੁੰਦਾ ਜੀ। ਤੁਹਾਨੂੰ ਦਖਲ ਨਹੀਂ ਦੇਣਾ ਚਾਹੀਦਾ। ਹੁਣ ਇਹ ਬੱਚੇ ਨਹੀਂ ਰਹੇ, ਵੱਡੇ ਹੋ ਗਏ ਨੇ, ਆਪਣੇ ਫੈਸਲੇ ਆਪ ਕਰ ਸਕਦੇ ਨੇ। ਇੱਥੇ ਮਾਂ ਪਿਓ ਕੀ ਕਰ ਸਕਦੇ ਆ? ਵੱਧ ਤੋਂ ਵੱਧ ਆਸ਼ੀਰਵਾਦ ਦੇ ਸਕਦੇ ਆ। ਹਾਂ, ਜੋ ਕੁਝ ਤੁਸੀਂ ਕਿਹਾ ਠੀਕ ਕਿਹਾ। ਜਿੱਦਾਂ ਮਹਿੰਦੀ ਰਹਿਣਾ ਚਾਹੁੰਦੀ ਹੈ ਉਦਾਂ ਰਹਿ ਸਕਦੀ ਹੈ, ਲੇਕਿਨ ਓਨਲੀ ਬਲੈਸ ਦਮ। ਉਮੀਦ ਹੈ ਤੁਸੀਂ ਜੋ ਦੱਸਿਆ ਉਹ ਸੱਚ ਹੈ। ਤੁਸੀਂ ਸੱਚਮੁੱਚ ਇੱਕ ਦੂਜੇ ਨੂੰ ਪਿਆਰ ਕਰਦੇ ਹੋ ਤੇ ਸੱਚਮੁੱਚ ਵਿਆਹ ਕਰਨ ਲੱਗੇ ਹੋ। ਫਿਰ ਮੁੰਡਿਆ, ਹਫਤਾ ਰਹਿ ਗਿਆ ਤੇਰੇ ਵਿਆਹ ਚ, ਬੈਚਲਰ ਪਾਰਟੀ ਤਾਂ ਹੋਣੀ ਚਾਹੀਦੀ ਹੈ ਵੀਰੇ। ਹੋ ਨਕਲੀ ਵਿਆਹ ਹੋ ਰਿਹਾ ਮੇਰਾ ਪੰਮੀ ਭਾਜੀ। ਕੋਈ ਨੀ, ਪਲਾਸਟਿਕ ਦੇ ਸਮੋਸੇ ਮੰਗਾ ਲੈਣੇ। ਯਾ ਭਾਈ, ਇਸ ਕਾ ਸੈਲੀਬ੍ਰੇਸ਼ਨ ਹੋਣਾ ਚਾਹੀਏ। ਹਾਂ, ਤੂੰ ਕਾਫੀ ਪੀਣੀ ਹੁੰਦੀ ਹੈ, ਪਿਲਾ ਲਾਂਗੇ। ਯਾ ਤੂੰ ਕਾਫੀ ਕੇ ਬਾਰੇ ਮਤ ਮਤ ਕਰੋ। ਓ ਨਹੀਂ ਨਹੀਂ, ਮੈਂ ਮਟਰ ਪਨੀਰ ਬਣਾਉਣਾ। ਚੈਰੀ ਭਾਈ, ਯੂ ਆਰ ਲੁਕਿੰਗ ਵੈਰੀ ਵੈਰੀ ਹੈਂਡਸਮ ਭਾਈ। ਤੈਨੂੰ ਵੇਖ ਕੇ ਲੱਗਦਾ ਜਿਵੇਂ ਤੇਰਾ ਸੱਚੀ ਮੁੱਚੀ ਦਾ ਵਿਆਹ ਹੋ ਰਿਹਾ। ਔਰ ਜਦ ਲਾਲ ਚਿੱਠੀ ਹੱਥ ਆ ਗਈ, ਸੱਚੀ ਮੁੱਚੀ ਦਾ ਵਿਆਹ ਵੀ ਹੋ ਜੂ। ਪਰ ਇੱਕ ਗੱਲ ਹੋਰ ਵੀ ਧਿਆਨ ਚ ਰੱਖੀ ਮਿੱਤਰ ਪਿਆਰਿਆ, ਲਾਲ ਚਿੱਠੀ ਤਾਂ ਆ ਜਾਂਦੀ ਹੁੰਦੀ ਹੈ, ਪਰ ਉਹ ਆਪਣੇ ਨਾਲ ਨਾ ਇੱਕ ਚਿੱਟੀ ਘੋੜੀ ਵੀ ਲੈ ਕੇ ਆਉਂਦੀ ਹੁੰਦੀ ਤੇ ਮਾਰ ਮਾਰ ਕੇ ਨਾ ਲੱਤਾਂ ਕਈ ਵਾਰੀ ਅਗਲੀ ਪਿੰਡੇ ਤੇ ਨੀਲ ਪਾ ਦਿੰਦੇ। ਮੈਂ ਆਪਣੀ ਰੀਤ ਨੂੰ ਨਹੀਂ ਭੁੱਲ ਸਕਦਾ ਪੰਮੀ ਭਾਜੀ। ਚੱਲ ਛੱਡ ਯਾਰ, ਇਸੇ ਗੱਲ ਤੇ ਇੱਕ ਸੈਲਫੀ ਹੋ ਜੇ। ਉਹ ਠਹਿਰੋ, ਉਹ ਕੁੜੀਆਂ ਵਾਂਗੂ ਮੂੰਹ ਤੇ ਬਣਾਓ। ਫੋਨ ਫੜਾ ਪੁੱਤਰ ਜੀ। ਹੈਲੋ, ਪੈਰ ਹੀ ਪਾਉਣਾ ਭਾਬੀ। ਕੌਣ? ਮੈਂ ਸੰਤੋਸ਼, ਪਛਾਣਿਆ ਨੀ? ਤੇਰੀ ਜ਼ਮਾਨੇ ਬਾਅਦ ਆਵਾਜ਼ ਸੁਣੀ ਤਾਂ ਪਹਿਚਾਨਣਾ ਕੀ ਹੈ? ਹੋਰ ਦੱਸ, ਸਾਡੀ ਗਰੀਬਾਂ ਦੀ ਯਾਦ ਤੈਨੂੰ ਕਿਵੇਂ ਆ ਗਈ? ਮੈਂ ਕਿਹਾ ਮੈਂ ਵਧਾਈ ਦੇ ਦੇਵਾਂ ਫੋਨ ਕਰਕੇ, ਤੁਸੀਂ ਤਾਂ ਦੱਸਿਆ ਨੀ। ਮੇਰਾ ਤਾਂ ਫਰਜ਼ ਬਣਦਾ ਹੀ ਹੈ। ਕਾਹਦੀ ਵਧਾਈ? ਆਪਣਾ ਸ਼ੈਰੀ ਵਿਆਹ ਕਰਵਾ ਰਿਹਾ, ਕੁੜੀ ਨਾਲ ਰਹਿੰਦਾ। ਕੁੜੀ ਨਾਲ ਰਹਿੰਦਾ? ਤੁਹਾਨੂੰ ਪਤਾ ਨੀ, ਇੱਥੇ ਤਾਂ ਵਲੈਤ ਬਹੁਤ ਰਿਵਾਜ ਆ ਲਿਵਿੰਗ ਕਰਨ ਦਾ। ਪਰ ਇਹ ਜਗ੍ਹਾ ਚੰਗੀ ਨੀ ਭਾਬੀ। ਵਲੈਤ ਆ ਕੇ ਤਾਂ ਵੈਸੇ ਸਾਰੇ ਹੀ ਭੁੱਲ ਜਾਂਦੇ ਆ। ਕੱਟ ਤਾ। ਕੀ ਹੋਇਆ ਬੇਬੇ? ਸ਼ੈਰੀ ਵਿਆਹ ਕਰ ਰਿਹਾ। ਹਾਂ, ਨਹੀਂ ਹੋ ਸਕਦਾ, ਵਿਆਹ ਕਰ ਰਿਹਾ। ਨਹੀਂ ਨਹੀਂ, ਇਹ ਕਿਵੇਂ ਹੋ ਸਕਦਾ? ਇਹ ਨਹੀਂ ਹੋ ਸਕਦਾ, ਝੂਠ ਮਾਰੀ ਜਾਂਦੀ ਹੈ।
ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ। ਰੀਤ, ਇਹ ਕੀ ਤਰੀਕਾ ਹੈ ਗੱਲ ਕਰਨ ਦਾ? ਮੈਂ ਸਵਾਲ ਤੇਰੇ ਤੋਂ ਪੁੱਛਿਆ, ਜਿਹਨੂੰ ਇਨਫੋਰਮ ਕਰਨਾ ਨਾ ਕਰ ਦੇ, ਸਾਡਾ ਵਿਆਹ ਇਸੇ ਹਫਤੇ ਹੋਏਗਾ। ਤੇ ਹਾਂ, ਜੇ ਹੁਣ ਨਹੀਂ ਤਾਂ ਕਦੇ ਨਹੀਂ, ਆਈ ਗੱਲ ਸਮਝ? ਧੀਏ, ਪੁੱਤੇ, would you please be so kind as to keep your mobile phones on silent mode? For God's sake, we are in a church. Sorry, Father. Mandira Wale, do you take Yuvraj Singh Sidhu to be your lawfully wedded husband? I do. Now, Yuvraj, do you take Mandira Wale to be your lawfully wedded wife? Dil ta nahi chahunda ki tu pind chhad ke jaye, par tu ek vaar NRI ban gaya na, itthe saryan da muh band ho chuka. ਤੇ ਮੈਂ ਕਿਹੜਾ ਵਸਣਾ ਉੱਥੇ ਜਾ ਕੇ? ਐਨਆਰਆਈ ਦਾ ਟੈਗ ਲਵਾ ਕੇ ਵਾਪਸ ਆ ਜਾਊਂਗਾ। ਤੂੰ ਵਿਆਹ ਦੀ ਤਿਆਰੀ ਕਰ, ਮੈਂ ਵੀਜ਼ੇ ਦੀ ਤਿਆਰੀ ਕਰਦਾ। ਯੁਵਰਾਜ ਸਿੰਘ ਸਿੱਧੂ, ਡੂ ਯੂ ਟੇਕ ਮੰਦੀਰਾ ਵਾਲਿਆ ਟੂ ਬੀ ਯੋਰ ਲੋਫਲੀ ਵੈਡਿਡ ਵਾਈਫ? ਰੀਤ ਦਾ ਵਿਆਹ ਹੋ ਰਿਹਾ ਮੰਡੀ, ਮੈਨੂੰ ਜਾਣਾ ਪੈਣਾ। ਹੱਥ ਜੋੜਾ ਤੇਰੇ ਅੱਗੇ, ਮੇਰਾ ਨਾ ਕੋਈ ਮੇਰੇ ਅੱਗੇ, ਮਿੰਨਤਾਂ ਮੈਂ ਕਰਦੀ ਵੇ, ਕੰਧਾਂ ਨਾਲ ਬੋਲੀ ਜਾਵਾਂ, ਖਾਂਦੀਆਂ ਨੇ ਮੈਨੂੰ ਛਾਵਾਂ, ਰੱਬ ਨਾਲ ਲੜਦੀ ਸਰਬਜੀਤ ਲਈ ਐਨ ਆਰ ਆਈ ਓ ਕੁੜੀ ਲੱਭਾਂਗੀ। ਵਾਜੂ ਸੇ ਇਹ ਵਿਆਹ ਨਹੀਂ ਹੋ ਸਕਦਾ ਰੀਤ। ਤੱਕ ਰਾਤ ਤੇਰੀ ਸੁੱਕ ਗਈ, ਅੱਖ ਮੇਰੀ ਖੁਸ਼ੀਆਂ ਵੀ ਰੋ ਰੋ ਹਾਰੀਆਂ ਵੇ। ਟਾਈਮਿੰਗ ਤੇਰੀ ਹਮੇਸ਼ਾ ਕਰੈਕਟ ਹੁੰਦੀ ਹੈ ਸ਼ੈਰੀ, ਜਿਉਂਦਾ ਰਹਿ ਸ਼ੈਰੀ। ਇੱਥੇ ਕੋਈ ਤਮਾਸ਼ਾ ਨਾ ਕਰੇ। ਉਹ ਤਮਾਸ਼ਾ ਤਾਂ ਤੁਸੀਂ ਕਰ ਰਹੇ ਹੋ ਆਂਟੀ ਜੀ, ਤੁਹਾਨੂੰ ਵਿੱਚ ਪੈਣ ਦੀ ਕੋਈ ਲੋੜ ਨਹੀਂ ਹੈ ਮੰਮੀ ਜੀ।
मैं इहदे नाल गल करदी आ। क्यों नहीं हो सका मेरा व्याह? क्योंकि तू मुड़ के आ गया है। तेरा ते मेरे ते जन्मा जन्मा दा हक है ना। तेरे मन च जो आएगा तू ओही करेगा। नहीं शेरी, हुणे मेरा फैसला है। मेरा व्याह जॉनसन दे नाल ही होएगा। तू ता वैसे भी किसी होर दे नाल व्याह करवाण चलिया सी ना, हुण की होया? तू बोल रही है रीत, मैं सारा कुछ छड़ के तेरे वास्ते उस मुल्क गया सी, क्योंकि एनआरआई दा टैग लाउणा सी मैं अपने मत्थे ते। ते तू अपनी रीत नु छड़ के किसी होर दे नाल व्याह करवा रहा सी? जे मैं व्याह ही करवाना हुंदा मैं मुड़ के थोड़ी आउणा सी। पर नाले मैं किसी नाल व्याह करन नहीं गया सी, मैं ता इस करके गया सी कि इस काबिल बन सकां कि अपनी रीत नाल व्याह कर सकां। नहीं बनया ना तेरा कुछ भी, तेरा कुछ बन भी नहीं सकता। ओ बन जाना सी आंटी जी, मेरा भी सब बन जाना सी। जेड़ी कुड़ी नाल मैं व्याह कर रहा सी अगले हफ्ते उहनूं तलाक दे के मैं भी पक्का हो जाना सी उत्थे। ओ बस जाना सी मैं भी अपना मुल्क छड़ के पराए मुल्क। पर हर चीज की कीमत चुकानी पैंदी आंटी जी। जे जिंदगी तुहानूं कुछ दिंदी है ना तो तुहाडे तों कुछ मंगदी भी। ते जेड़ी तस्वीर तुसीं फॉरन दी इत्थे बैठ के बनाई है ना, ओ कई वार उत्थे जाके बदल भी जांदी है। ते जेड़े डॉलरां ते पाउंडां दी तुसीं गल करदे हो, ओ भी जोर नाल कमाउणे पैंदे आ। वीजे नाल पाउंड फ्री नहीं मिलदे आंटी जी। कोठी ते गड्डी दे बदले जिंदगी मेरे तों रीत मंग रही सी। ओ मैं कोई बहुत वड्डा बिजनेसमैन तां है नहीं, पर इन्ना घाटे दा सौदा तां मैं भी नहीं कर सकदा ना आंटी जी। तेरे लिए सब कुछ छड़ के गया सी रीत, तेरे लिए सब कुछ छड़ के वापस आ गया। This is so insulting. तुसी सानू इत्थे बेइज्जती करन वास्ते बुलाया? गलती इन्हां दी नहीं है जी, मेरी है। ओह इमोशनल करेगा मैनू। सिर्फ पैसा कमाना ही काबिलियत नहीं हुंदी पुत। तुसी हजे भी इहदी साइड लई जा रहे हो? तुहानू शर्म आउणी चाहीदी है। लवांगा मैं दी साइड, लवांगा मैं दी साइड। की करेगी तू, की करेगी तू? हीरा है शहरी, हीरा। किसी ने भी पता है बाहर जाके एदे नाल की होया? रात रात पर फोन करके ये मैनू दसदा हुंदा सीगा। ये सारिया मुसीबत लैन की एनू कोई लोड़ नहीं सी। एक गल होर दसदा मैं तेनू, ये बाहर घूमन फिर नहीं गया सीगा, ना ही मेहमान देखन गया सी उत्थे। ये बेचारा ता अपनी रीत ले तके खा रहा सी उत्थे। फोन ते सारी सारी रात कमलिया वाग रोंदा हुंदा सी आए ते कहंदा हुंदा सी, गुरु जी मेरे हालात बारे मेरी बेबे ते मेरी रीत नू ना दस्सिओ, उन्हां दा दिल टुट जाएगा। ए की तमाशा चल रहा है, कटो इस मुंडे नू बाहर। वेट पापा। रीत तू दस बेटा, तू की चाहनी है? जो तू कहेंगी ना बस ओही होवेगा। हुण आई गल पॉइंट ते, रीत दी की मर्जी है? दस रीत की मर्जी है तेरी? जे तू जॉनसन वाली ब्याह करना चाहनी है तो बेशक तेनू जॉनसन वाली ब्याह करना चाहिए, पर गल के ते एथा नहीं है कि तू मेरे तो बदला लैण वास्ते जॉनसन नाल ब्याह कर रही है। एक बार अपने दिल तो पुछ के देख रीत कि तेरा जॉनसन वास्ते प्यार है कि मेरे वास्ते गुस्सा है, और जिदा बदला तू अपने आप तो ले रही है। मैं मानदा रीत मैं गलती करन लग गया, पर वाहिगुरु की कृपा नाल मैनू पहले ही चेता आ गया ते मैं मुड़ आया। मैं तेनू मेरे नाल ब्याह करन नहीं कहंदा रीत, मैं तेनू तेरी रीत की खुशी का वास्ता देके कहना कि उहदे नाल ब्याह करी जिन्हू तू प्यार करदी है। मैं कि चाहना की फर्क पैंदा, तेरे मां बाप की चाहते ने यह भी मायने नहीं रखता, पर रीत की चाहती है इनू तो अनदेखा नहीं कर सकती, क्योंकि जे रीत खुश रहूगी तो शहरी अपने आप खुश रहूगी। भले ही तू मेरे तो मुंह मोड़ लिया रीत, मैं तो अच भी तेनू इश कर दू। बोल रीत की मर्जी है तेरी?
चिड़िया बेचारिया ने मेरे कोल सो दिया ने मैनू दे दिया दिलासे मेरे नाल रो दिया ने छेती छेती आके मैं मिल मेरे यारा ने तेनू मैं ते सहा तू वद वद चाहवे जो मेरे लिए अपना सब कुछ छड़ के पाली मुल गया ते उतो सब कुछ छड़ के मेरे लिए अपने वतन आया जे ओनू छड़ के मेरा व्याह किसे होर दे नाल हो गया ना तुहानू पता मैनू की लगूगा मम्मी जी मेरा व्याह ते जॉनसन दे नाल हो गया पर मेरी रूह शरीर दे कोल रहेगी की बकवास लाई हुई है मैनू तां फैमिली पगला दी लगती है तुसी दोवें बहुत प्यारे हो यार मैनू भी उत्थे कुड़ी चंगी लगती सी ना ही मैं ओनू दस सकिया ते ना ही अपने मम डैड नू ना ही मेरे पिछे लगे हुए सी पिंड दी कुड़ी चाहीदी है पिंड दी जिहदी ड्रेस सही होवे जिहदे संस्कार चंगे होण सानू लगदा सी आपां उत्थे रह के बहुत मॉडर्न हो गए पर एक गल इत्थे आके रियलाइज कीती है कि आपां उत्थे रह के भी पिछे रह गए सच्ची शहरी प्यार की होंदा ऐ हुण समझिया यार बस तेरे परछाई तक तक रोई अखियों दे जांदे राही हार गया मेरा पुत बलिए कंगना कल अब पढ़ 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 हो गया कि नहीं हेलो हाँ जी शेरी जी हाउ आर यू चिंगम अहमद भाजी पम्मी भाजी यस शेरी भाई वी हैव अ गुड न्यूज़ फॉर यू अब वो गाना गीता सी ना सिटी सेंटर च रैप सॉन्ग वो यूट्यूब पे अपलोड किया वो गाना वायरल हो गया वायरल और एक रिकॉर्डिंग कंपनी वाले आए थे तेनू लबदे लबदे और तेरा कॉन्ट्रैक्ट साइन करना चाहते हैं ये वन मिनट वी हैव अ स्पेशल मैसेज फॉर यू है दिखा दिए केड़ा मैसेज है ला फाड़ फिर कांग्रेचुलेशंस रीत कांग्रेचुलेशंस शेरी तुसी दो भी बहुत लकी हो सब इतने लकी नहीं होंदे अपनी खुशियां नु संभाल के रखना